ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਬੇਸੁਮਾਰ ਅਥਾਹ ਅਗਨਤ ਅਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਚਵਰ ਛਤਰ ਤਖਤਾਂ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਸ਼ਬਦ ਗੁਰੂ ਅਵਤਾਰ, ਗੁਰਤਾ ਗੱਦੀ 'ਤੇ ਬਿਰਾਜਮਾਨ, ਧੰਨ 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 ਸੱਚੇ ਪਾਤਸ਼ਾਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਜੁੜ ਬੈਠੀ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦੁਲਾਰੀ, ਗੁਰੂ ਨਿਆਰੀ ਸਾਧ ਸੰਗਤ ਜੀ, ਪਾਵਨ ਪਵਿੱਤਰ ਸ਼ਹੀਦੀ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ, ਜਿਨ੍ਹਾਂ ਦੇ ਪਰਉਪਕਾਰ ਸਾਰੀ ਦੁਨੀਆ, ਸਾਰਾ ਜਗਤ, ਸਾਰੀ ਸ੍ਰਿਸ਼ਟੀ ਕਦੀ ਨਹੀਂ ਭੁੱਲ ਸਕਦੀ। ਇਹਨਾਂ ਮਹਾਨ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਗੁਰੂ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦਾ ਆਨੰਦ ਮਾਣ ਰਹੇ ਹਾਂ। ਜਿੱਦਾਂ ਬੜੇ ਹੀ ਸਤਿਕਾਰਯੋਗ ਗ੍ਰੰਥੀ ਸਾਹਿਬਾਨਾ ਜੀ ਨੇ ਅਨਾਊਂਸਮੈਂਟ ਕੀਤੀ ਕਿ ਅੱਜ ਸਿੱਖ ਪੰਥ ਵਿੱਚ ਬਹੁਤ ਵੱਡਾ ਦਿਨ, ਜਿਸ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ, ਹਾੜ ਵਧੀ ਪਹਿਲੀ ਅੱਜ ਦਾ ਦਿਨ। ਕਮਾਲ ਦੀ ਗੱਲ ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 6 ਘਰ ਦੇ ਵਿੱਚ 6 ਬੱਚੇ ਹੋਏ, ਇੱਕ ਸਪੁੱਤਰੀ ਬੀਬੀ ਵੀਰੋ ਜੀ ਔਰ 5 ਸਪੁੱਤਰ, ਜਿਨ੍ਹਾਂ ਵਿੱਚੋਂ ਉਮਰ ਦੇ ਵਿੱਚ ਸਭ ਤੋਂ ਛੋਟੇ ਸਪੁੱਤਰ ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਮਹਾਰਾਜ। ਸੋ ਅੱਜ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਇਹਨਾਂ ਦੇ ਪਰਮ ਪੂਜਨੀਕ ਪਿਤਾ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ, ਔਰ ਨਾਲ ਦੇ ਨਾਲ ਮਹਾਨ ਸੰਤ ਕਵੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਵੀ ਅੱਜ ਹੀ ਆਏ ਨੇ, ਔਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਚਲਦੀ ਕਥਾ ਦੇ ਵਿੱਚ ਸ਼ਬਦ ਵੀ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਆਇਆ। ਆਓ ਪਹਿਲਾਂ ਗੁਰੂ ਸ਼ਬਦ ਵਿਚਾਰ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕੁਝ ਹੀਰੇ ਮੋਤੀ ਚੁੱਗਣ ਦੀ ਕੋਸ਼ਿਸ਼ ਕਰਾਂਗੇ, ਅਤੇ ਆਪਣੇ ਜੀਵਨ ਨੂੰ ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਪਰਉਪਕਾਰਾਂ ਨੂੰ ਚਿੰਤਨ ਕਰਦੇ ਹੋਏ ਅੱਜ ਦਾ ਦਿਹਾੜਾ ਮਨਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ
ਗੁਰ ਸ਼ਬਦ ਵਿਚਾਰ ਆਸਾ ਕਰਵਤ ਭਲਾ ਨ ਕਰਵਟ ਤੇਰੀ। ਸਾਧ ਸੰਗਤ ਜੀ, ਇਹ ਭਗਤ ਕਬੀਰ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵਾਕਿਆ ਆਏ, ਸਮੇਂ ਆਏ, ਜਿਨ੍ਹਾਂ ਸਮਿਆਂ ਦੇ ਅਨੁਸਾਰ ਭਗਤ ਕਬੀਰ ਜੀ ਨੇ ਬੜੀ ਪ੍ਰੇਮ ਦੇ ਨਾਲ ਆਪਣੇ ਮੁਖਾਰਬਿੰਦ ਵਿੱਚੋਂ ਬ੍ਰਹਮ ਗਿਆਨੀ ਸਰੂਪ ਦੀ ਬਾਣੀ ਉਚਾਰਨ ਕੀਤੀ। ਇਹ ਸ਼ਬਦ ਜਦੋਂ ਟਕਸਾਲਾਂ ਦੇ ਵਿੱਚ, ਸੰਪਰਦਾਵਾਂ ਦੇ ਵਿੱਚ ਪੜ੍ਹਾਇਆ ਜਾਂਦਾ ਅਤੇ ਕਈ ਵਾਰੀ ਆਪ ਜੀ ਨੇ ਵੀ ਇਹ ਵਿਚਾਰ ਸੁਣੀ ਹੋਣੀ ਹੈ ਕਿ ਸ਼ਬਦ ਦੇ ਅਰਥ ਕੇਵਲ ਅਤੇ ਕੇਵਲ ਗੁਰੂ ਮਹਾਰਾਜ ਆਪ ਕਰ ਸਕਦੇ ਨੇ। ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਹੈ ਤੇਤੀ। ਜਿੰਨੀ ਜਿੰਨੀ ਬੁੱਧੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਬਖਸ਼ੀ ਹੈ, ਉਸ ਬੁੱਧੀ ਦੇ ਅਨੁਸਾਰ ਸ਼ਬਦ ਦੇ ਅਰਥ ਸੇਵਕ ਕਰ ਲੈਂਦੇ ਨੇ। ਇਹ ਸ਼ਬਦ ਦੇ ਬੇਅੰਤ ਅਰਥ ਸਿਖਾਏ ਜਾਂਦੇ ਨੇ ਸੰਪਰਦਾਵਾਂ ਦੇ ਵਿੱਚ। ਜਿਹੜਾ ਇੱਕ ਬਹੁਤ ਪ੍ਰਚਲਿਤ ਅਰਥ ਆਉਂਦਾ ਆ, ਮਾਤਾ ਲੋਈ ਜੀ ਜੋ ਕਿ ਕਬੀਰ ਜੀ ਦੇ ਵਾਈਫ ਨੇ, ਭਗਤ ਕਬੀਰ ਜੀ ਇੱਕ ਵਾਰੀ ਮੌਜ ਵਿੱਚ ਆ ਕੇ ਉਹਨਾਂ ਨੂੰ ਪੁੱਛਦੇ ਨੇ ਕਿ ਲੋਈ ਜੀ, ਜਿਹੜੀ ਬਾਕੀ ਇਸਤਰੀਆਂ ਹੈਗੀਆਂ ਜਿਨ੍ਹਾਂ ਦੇ ਕੁਛ ਆਪਣੇ ਆਪਣੇ ਲੱਛਣ ਹੁੰਦੇ ਨੇ, ਆਪਣੇ ਆਪਣੇ ਕੈਰੈਕਟਰਿਸਟਿਕ ਹੁੰਦੇ ਨੇ, ਕੀ ਤੁਹਾਡੇ ਵਿੱਚ ਵੀ ਕੋਈ ਚਰਿੱਤਰ ਹੈ? ਤੁਸੀਂ ਤਾਂ ਕਦੇ ਕੋਈ ਚਰਿੱਤਰ ਨਹੀਂ ਦਿਖਾਓਗੇ। ਕਹਿਣ ਦਾ ਭਾਵ ਕੋਈ ਤੁਸੀਂ ਸਾਨੂੰ ਛਲ ਕਪਟ ਤਾਂ ਨਹੀਂ ਕਰੋਗੇ? ਆਮ ਤੌਰ 'ਤੇ ਘਰਾਂ ਦੇ ਵਿੱਚ ਇਸਤਰੀਆਂ ਘਰ ਚਲਾਉਣ ਵਾਸਤੇ ਮਾੜਾ ਮੋਟਾ ਆਪਣੇ ਘਰਾਂ ਨੂੰ ਸੈੱਟ ਰੱਖਣ ਵਾਸਤੇ ਕਦੀ ਕੁਛ ਕਦੀ ਕੁਛ ਕਦੀ ਕੁਛ ਗੱਲ ਕਰਕੇ ਆਪਣੇ ਘਰ ਨੂੰ ਬਣਾਉਂਦੀਆਂ ਨੇ ਸਮਝਦਾਰੀ ਦੇ ਨਾਲ। ਇਹ ਨੈਗੇਟਿਵ ਪਾਸੇ ਨਹੀਂ ਹੈ ਗੱਲ। ਅਤੇ ਲੋਈ ਜੀ ਨੇ ਬੜੇ ਪ੍ਰੇਮ ਨਾਲ ਸੁਣੀ ਗੱਲ ਅਤੇ ਜਦੋਂ ਕਬੀਰ ਜੀ ਚਲੇ ਗਏ ਬਾਹਰ ਤਾਂ ਕਹਿੰਦੇ ਕਬੀਰ ਜੀ ਨੂੰ ਪਰਖਦੇ ਹਾਂ, ਮੈਨੂੰ ਉਹਨਾਂ ਨੇ ਅੱਜ ਪੁੱਛਿਆ ਕਿ ਬਈ ਤੂੰ ਕੋਈ ਚਰਿੱਤਰ ਤਾਂ ਨਹੀਂ ਦਿਖਾਉਂਗੀ? ਅਤੇ ਲੋਈ ਜੀ ਨੂੰ ਮਿਲਣ ਵਾਸਤੇ ਕੁਝ ਸਾਧੂ ਮਹਾਤਮਾ ਆਉਂਦੇ ਨੇ ਭਗਤ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ, ਅਤੇ ਲੋਈ ਜੀ ਉਹਨਾਂ ਨੂੰ ਇੱਕ ਉਦਾਂ ਹੀ ਮਜ਼ਾਕ ਦੇ ਵਿੱਚ ਗੱਲ ਕਰਦੇ ਨੇ ਕਿ ਕਬੀਰ ਜੀ ਨੇ ਤਾਂ ਆਪਣਾ ਸੁਭਾਵ ਬਦਲ ਲਿਆ, ਪਹਿਲੇ ਬੜੇ ਸ਼ਾਂਤ ਹੋਇਆ ਕਰਦੇ ਸੀ, ਹੁਣ ਜੋ ਵੀ ਉਹਨਾਂ ਨੂੰ ਕੋਈ ਮਿਲਣ ਆਉਂਦਾ ਅਤੇ ਡੰਡਾ ਸੋਟੀ ਲੈ ਕੇ ਅਤੇ ਮੁਸ਼ਕ ਲੈ ਕੇ, ਜਿਹਦੀ ਪਾਣੀ ਦੀ ਮੁਸ਼ਕ ਹੁੰਦੀ ਹੈ ਲੈ ਕੇ, ਅਤੇ ਖੂਬ ਪਿੱਛੇ ਦੌੜ ਕੇ ਪਿੱਟਦੇ ਨੇ, ਮਾਰਦੇ ਨੇ। ਇਹ ਲੋਈ ਜੀ ਸਾਧੂ ਮਹਾਤਮਾਵਾਂ ਨੂੰ ਇੱਕ ਮਜ਼ਾਕ ਕਰ ਰਹੀਆਂ ਨੇ ਕਬੀਰ ਜੀ ਨੂੰ ਟੈਸਟ ਕਰਨ ਵਾਸਤੇ, ਵੀ ਮੈਨੂੰ ਇਹਨਾਂ ਨੇ ਕਿਹਾ ਕਿ ਵੀ ਤੂੰ 'ਚ ਚਰਿੱਤਰ ਨਹੀਂ ਦਿਖਾਉਂਗੀ? ਅਤੇ ਭਗਤ ਕਬੀਰ ਜੀ, ਇਹ ਸਾਧੂ ਮਹਾਤਮਾ ਡਰਦੇ ਮਾਰੇ ਫਟਾਫਟ ਦੌੜਦੇ ਨੇ ਕਿ ਵੀ ਕਿੱਥੇ ਕਬੀਰ ਜੀ ਆ ਗਏ, ਦੇਖ ਲਿਆ ਅਤੇ ਡੰਡੇ ਸਾਨੂੰ ਨਾ ਪੈ ਜਾਣ। ਜਦੋਂ ਕਬੀਰ ਜੀ ਵਾਪਸ ਆਉਂਦੇ ਨੇ ਅਤੇ ਕਬੀਰ ਜੀ ਪੁੱਛਦੇ ਨੇ ਆਇਆ ਕੋਈ? ਕਹਿੰਦੇ ਹਾਂ, ਸਾਧੂ ਮਹਾਤਮਾ ਆਏ ਸੀ। ਅਤੇ ਸਾਧੂ ਮਹਾਤਮਾ ਆਏ ਸੀ ਅਤੇ ਤੁਸੀਂ ਕੀ ਕਿਹਾ? ਮੈਂ ਕੁਛ ਨਹੀਂ ਕਿਹਾ ਜੀ। ਕਬੀਰ ਜੀ ਲੱਭਦੇ ਲੱਭਦੇ ਆਪਣਾ ਜਿਹੜਾ ਸੋਟਾ ਹੁੰਦਾ ਹੱਥ 'ਚ ਫੜ ਕੇ ਜਾਂਦੇ ਨੇ, ਸਹਿਜ ਸੁਭਾਏ ਉਮਰ ਦੇ ਤਕਾਸ ਦੇ ਹਿਸਾਬ ਨਾਲ। ਅਤੇ ਜਿਹੜੇ ਸਾਧੂ ਮਹਾਤਮਾ ਅੱਗੇ ਅੱਗੇ ਦੌੜਨ ਅਤੇ ਕਬੀਰ ਜੀ ਪਿੱਛੇ ਪਿੱਛੇ ਪੁਕਾਰਨ, ਬਈ ਕੀ ਹੋ ਗਿਆ, ਸਾਡੀ ਗੱਲ ਸੁਣੋ।
ਸਾਧੂ ਮਹਾਤਮਾ ਦੋ ਚਾਰ ਜਿਹੜੇ ਆਏ ਨੇ ਉਹ ਦੱਸਦੇ ਨੇ ਵੀ ਸਾਨੂੰ ਤਾਂ ਲੋਈ ਜੀ ਨੇ ਇੱਦਾਂ ਕਿਹਾ ਵੀ ਤੁਹਾਡਾ ਸੁਭਾਅ ਬਦਲ ਗਿਆ, ਅਸੀਂ ਤੁਹਾਡੇ ਤੋਂ ਡਰ ਕੇ ਦੌੜ ਰਹੇ ਸੀ। ਅਤੇ ਭਗਤ ਕਬੀਰ ਜੀ ਬੜੇ ਕਹਿ ਲਓ ਕਿ ਭਰੇ ਦਿਲ ਨਾਲ ਵਾਪਿਸ ਆਪਣੇ ਘਰ ਆ ਕੇ ਪੁੱਛਦੇ ਨੇ ਵੀ ਲੋਈ ਜੀ ਤੁਸੀਂ ਇਸ ਤਰ੍ਹਾਂ ਦੀ ਗੱਲ ਕੀਤੀ? ਕਹਿੰਦੇ ਹਾਂ, ਆਪ ਜੀ ਨੇ ਸਵੇਰੇ ਕਿਹਾ ਸੀ ਵੀ ਮੇਰੇ ਵਿੱਚ ਕੋਈ ਚਰਿੱਤਰ ਤਾਂ ਨਹੀਂ, ਮੈਂ ਤਾਂ ਤੁਹਾਨੂੰ ਪਰਖਣ ਵਾਸਤੇ ਇਹ ਗੱਲ ਕਹੀ। ਅਤੇ ਇਹ ਜਿਹੜਾ ਸ਼ਬਦ ਉਚਾਰਨ ਹੋਇਆ ਸਾਧ ਸੰਗਤ ਜੀ, ਕਰਵਤ ਭਲਾ ਨਾ ਕਰਵਟ ਤੇਰੀ, ਇਹ ਭਗਤ ਲੋਈ ਜੀ ਦੀ ਭਾਵਨਾਵਾਂ ਹੈਗੀਆਂ ਜਿਹੜੀਆਂ ਕਿ ਕਬੀਰ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਹੋਈਆਂ। ਇਹ ਇੱਕ ਪ੍ਰਕਰਨ ਹੈਗਾ। ਇਸ ਤੋਂ ਅਗਲਾ ਪ੍ਰਣ ਸਿਖਾਇਆ ਜਾਂਦਾ ਸੀ ਵੀ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਵਾਲਾ ਜੀਵ ਪਰਮੇਸ਼ਵਰ ਵੱਲ ਇਸ ਤਰ੍ਹਾਂ ਦੀ ਗੱਲਾਂ ਕਰਦਾ। ਤੀਸਰੇ ਅਰਥ ਦੱਸੇ ਜਾਂਦੇ ਸੀ, ਗਿਆਨ ਆਪਣੇ ਜਿਗਿਆਸੂ ਨਾਲ ਇਸ ਤਰ੍ਹਾਂ ਦੀ ਗੱਲਾਂ ਕਰਦਾ, ਉਸ ਸ਼ਬਦ ਵਿੱਚ ਥੋੜ੍ਹਾ ਥੋੜ੍ਹਾ ਅਹਿਸਾਸ ਹੁੰਦਾ ਜਾਏਗਾ। ਆਓ ਇੱਕ ਇੱਕ ਪੰਕਤੀ ਕਰਕੇ ਆਪਾਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਲੋਈ ਜੀ ਆਪਣੇ ਮਨ ਦੀ ਭਾਵਨਾਵਾਂ ਨੂੰ ਕਬੀਰ ਜੀ ਦੇ ਸਾਹਮਣੇ ਰੱਖ ਰਹੀ ਹੈ। ਕਿਉਂ? ਕਿਉਂਕਿ ਕਬੀਰ ਜੀ ਨੇ ਹੁਣ ਆਪਣੀ ਜਿਹੜੀ ਆ ਪਿੱਠ ਕਰੀ ਹੈ ਲੋਈ ਜੀ ਵੱਲ ਕਿ ਤੂੰ ਗਲਤ ਕੀਤਾ, ਇਹ ਚੰਗਾ ਨਹੀਂ ਕੀਤਾ, ਸਾਡੇ ਸੁਭਾਅ ਨੂੰ ਗਲਤ ਦੱਸਿਆ। ਕਰਵਤ ਭਲਾ ਨਾ ਕਰਵਟ ਤੇਰੀ ਮਹਾਰਾਜ। ਲੋਈ ਜੀ ਕਹਿੰਦੇ ਨੇ ਮਹਾਰਾਜ ਮੇਰਾ ਭਾਵੇਂ ਜਿਹੜਾ ਗਲਾ ਆ ਉਹ ਵੱਢ ਦੇਵੋ। ਕਰਵਤ ਹੁੰਦੀ ਹੈ ਐਕਸ, ਜਿਹਨੂੰ ਆਪਾਂ ਹਥੌੜੀ ਟਾਈਪ ਕਹਿ ਦਿੰਦੇ ਹਾਂ। ਮੇਰਾ ਭਾਵੇਂ ਗਲਾ ਤਾਂ ਵੱਢ ਦੇਵੋ ਲੇਕਿਨ ਮੇਰੇ ਤੋਂ ਕਰਵਟ ਨਾ ਕਰੋ। ਇਹੀ ਗੱਲ ਇੱਕ ਬ੍ਰਹਮ ਗਿਆਨੀ ਜੀਵ ਜਿਗਿਆਸਾ ਵਾਲਾ ਬੰਦਾ ਗੁਰੂ ਮਹਾਰਾਜ ਵੱਲ ਪਰਮੇਸ਼ਵਰ ਵੱਲ ਕਰਦਾ, ਹੇ ਪਰਮੇਸ਼ਵਰ ਮੇਰੇ ਵੱਲ ਪਿੱਠ ਨਾ ਕਰੋ, ਭਾਵੇਂ ਮੇਰਾ ਗਲਾ ਵੱਢ ਦੇਵੋ। ਇਹੀ ਗੱਲ ਗਿਆਨ ਆਪਣੇ ਜਿਗਿਆਸੂ ਨਾਲ ਕਰਦਾ ਆ। ਇਹ ਜਿਗਿਆਸੂ, ਹੇ ਸਿੱਖ ਆਪਣੇ ਗੁਰੂ ਵੱਲ ਪਿੱਠ ਨਾ ਹੋਵੇ, ਭਾਵੇਂ ਗਲਾ ਵੱਢਿਆ ਜਾਂਦਾ ਅਤੇ ਵੱਢਿਆ ਜਾਵੇ। ਇਸ ਤਰ੍ਹਾਂ ਸਾਧ ਸੰਗਤ ਜੀ ਸ਼ਬਦ ਅਰਥ ਦੇ ਸ਼ਬਦ ਦੇ ਇੱਕ ਸ਼ਬਦ ਦੇ ਅਨੇਕ ਅਰਥ ਬਣਦੇ ਚਲੇ ਜਾਂਦੇ ਹੈਗੇ। ਲਾਗ ਗਲੇ ਸੁਣ ਬੇਨਤੀ ਮੇਰੀ, ਮੈਨੂੰ ਆਪਣੇ ਗਲੇ ਨਾਲ ਲਾਓ ਅਤੇ ਮੇਰੀ ਬੇਨਤੀ ਸੁਣੋ। ਇਹੀ ਲੋਈ ਜੀ ਵੀ ਕਹਿ ਰਹੇ ਨੇ, ਇਹੀ ਜੀਵ ਆਤਮਾ ਪਰਮਾਤਮਾ ਨੂੰ ਵੀ ਕਹਿ ਰਹੀ ਹੈ। ਹਾਉ ਵਾਰੀ ਮੁੱਖ ਫੇਰ ਪਿਆਰੇ, ਮਹਾਰਾਜ ਮੈਂ ਤੁਹਾਡੇ ਤੋਂ ਵਾਰ ਵਾਰ ਜਾਂਦਾ ਹਾਂ। ਲੋਈ ਜੀ ਕਹਿੰਦੇ ਨੇ ਕਬੀਰ ਜੀ ਮੈਂ ਤੁਹਾਡੇ ਤੋਂ ਵਾਰ ਵਾਰ ਜਾਂਦੀ ਹਾਂ, ਇੱਕ ਵਾਰੀ ਮੇਰੇ ਵੱਲ ਮੁੱਖ ਫੇਰ ਕੇ ਦੇਖੋ ਮੇਰੇ ਪਿਆਰੇ ਜੀਓ। ਇਹ ਪ੍ਰੇਮ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਨਿਤਨੇਮ ਕਰਕੇ ਅੰਦਰ ਰੱਜਿਆ ਹੁੰਦਾ ਨਾ, ਜਦੋਂ ਅੰਦਰ ਭਰਿਆ ਹੁੰਦਾ, ਰੋਮ ਰੋਮ ਭਰਿਆ ਹੁੰਦਾ, ਉਸ ਸਮੇਂ ਇਹ ਅਵਸਥਾਵਾਂ ਬਾਹਰ ਨਿਕਲਦੀਆਂ। ਮਹਾਰਾਜ ਹੋਰ ਕਿਰਪਾ ਕਰੋ, ਮਹਾਰਾਜ ਹੋਰ ਬਾਣੀ ਪੜ੍ਹਾਓ, ਮਹਾਰਾਜ ਜੀ ਨਹੀਂ ਕਰਦਾ ਕੋਈ ਦੁਨਿਆਵੀ ਕੰਮ ਕਰਨ ਦਾ, ਮਹਾਰਾਜ ਚਿੱਤ ਕਰਦਾ 24 ਘੰਟੇ ਆਪ ਜੀ ਦੀ ਬਾਣੀ ਨਾਲ ਜੁੜਿਆ ਰਹੀਏ, ਆਪ ਜੀ ਦੀ ਸੇਵਾ ਨਾਲ ਜੁੜੇ ਰਹੀਏ। ਇਹ ਉਹਨਾਂ ਅਵਸਥਾਵਾਂ ਦੀਆਂ ਗੱਲਾਂ ਸਾਧ ਸੰਗਤ, ਜਿਹੜੇ ਬੱਚੇ ਹਲੇ ਜੁੜ ਰਹੇ ਨੇ, ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਵਿੱਚ, ਇੰਡੀਆ ਦੇ ਵਿੱਚ ਵੀ ਜਿਹੜਾ ਯੂਥ ਮਹਾਰਾਜ ਨਾਲ ਜੁੜ ਰਿਹਾ,
ਉਹਨਾਂ ਦੇ ਮਨ ਦੇ ਵਿੱਚ ਇੱਕ ਬੜਾ ਸਹਿਮ ਹੁੰਦਾ, ਇੱਕ ਬੜਾ ਡਰ ਹੁੰਦਾ ਕਿ ਛੋਟੀ ਜਿਹੀ ਗਲਤੀ ਨਾ ਹੋ ਜਾਵੇ, ਸਾਨੂੰ ਕੋਈ ਸਜ਼ਾ ਨਾ ਮਿਲ ਜਾਵੇ। ਸਾਡੇ ਪੈਰ ਐਨ ਧੋਤੇ ਹੋਏ ਅੰਦਰ ਮਹਾਰਾਜ ਦੇ ਦਰਬਾਰ 'ਚ ਜਾਈਏ, ਕਿੱਥੇ ਮਹਾਰਾਜ ਨਾਰਾਜ਼ ਨਾ ਹੋ ਜਾਣ, ਕਰਕੇ ਹਿਰਦਾ ਬਿਲਕੁਲ ਕੋਮਲ ਹੈ, ਹਜੇ ਅਹੰਕਾਰ ਦੀ ਪਰਤ ਚੜੀ ਨਹੀਂ ਹੈਗੀ। ਨਹੀਂ ਤਾਂ ਕਈਆਂ ਨੂੰ ਬਾਣੀ ਪੜ੍ਹ ਪੜ੍ਹ ਕੇ, ਸੇਵਾ ਕਰ ਕਰਕੇ ਆਪਣੇ ਆਪ ਦੇ ਉੱਪਰ ਵੀ ਜਿਸ ਤਰ੍ਹਾਂ ਲੋਈ ਜੀ ਨੇ ਪਰਖ ਲਿਆ ਇੱਕ ਪੂਰਨ ਬ੍ਰਹਮ ਗਿਆਨੀ ਨੂੰ, ਭਗਤ ਕਬੀਰ ਜੀ ਨੂੰ, ਕਰਵਟ ਦੇ ਮੋਕੋ ਕਾਹੇ ਕਹੋ ਮਾਰੇ, ਬਾਰ ਬਾਰ ਆਪਣੇ ਮਨ ਦੀ ਅਵਸਥਾ ਦੱਸ ਰਹੇ ਨੇ ਕਿ ਮੇਰੇ ਤੋਂ ਮੁੱਖ ਮੋੜ ਕੇ ਮੈਨੂੰ ਬਾਰ ਬਾਰ ਕਿਉਂ ਮਾਰ ਰਹੇ ਹੋ। ਆਪਣੀਆਂ ਜ਼ਿੰਦਗੀਆਂ ਵਿੱਚ ਵੀ ਸਾਧ ਸੰਗਤ ਜੀ ਕਦੀ ਕਦਾਰ ਇਹੋ ਜਿਹੇ ਸਮੇਂ ਆ ਜਾਂਦੇ ਨੇ ਜਦੋਂ ਇਨਸਾਨ ਕੋਸ਼ਿਸ਼ ਕਰਦਾ ਗੁਰਦੁਆਰਾ ਸਾਹਿਬ ਜਾਉਣ ਦੀ, ਬਾਣੀ ਪੜ੍ਹਨ ਦੀ, ਸੰਗਤ ਕਰਨ ਦੀ, ਕੀਰਤਨ ਸੁਣਨ ਦੀ, ਚੰਗੇ ਕਰਮ ਕਰਨ ਦੀ, ਸੇਵਾ ਕਰਨ ਦੀ, ਦਾਨ ਪੁੰਨ ਕਰਨ ਦੀ, ਪਰ ਕੋਈ ਨਾ ਕੋਈ ਕਲਯੁਗ ਦਾ ਇਹੋ ਜਿਹਾ ਓਬਸਟੈਕਲ ਸਾਡੇ ਸਾਹਮਣੇ ਆ ਜਾਂਦਾ ਹੈ ਕਿ ਅਸੀਂ ਉਹ ਚੰਗਾ ਕੰਮ ਕਰਨ ਤੋਂ ਪਿੱਛੇ ਹਟ ਜਾਂਦੇ ਹਾਂ, ਜਾਂ ਦੇਰ ਕਰਦੇ ਹਾਂ, ਜਾਂ ਸੋਚਾਂ ਦੇ ਵਿੱਚ ਪੈ ਜਾਂਦੇ ਹਾਂ। ਉਸ ਸਮੇਂ ਇਹ ਅਵਸਥਾ ਮਨ ਦੀ ਬਣੇ ਕਿ ਮਹਾਰਾਜ ਨਹੀਂ, ਮੇਰੇ ਤੋਂ ਮੁੱਖ ਨਾ ਮੋੜੋ, ਮੇਰੇ ਕੋਲੋਂ ਚੰਗਾ ਕੰਮ ਕਰਵਾ ਲਵੋ, ਮੈਨੂੰ ਕਲਯੁਗ ਵਾਲੇ ਪਾਸੇ ਤੋਂ ਹਟਾ ਕੇ ਆਪਣੇ ਗੁਰਮਤ ਵਾਲੇ ਪਾਸੇ ਮੈਨੂੰ ਲਗਾ ਲਵੋ, ਕਿਰਪਾ ਕਰੋ ਮਹਾਰਾਜ, ਮੈਂ ਆਪਣੇ ਹੱਕ ਦੀ ਕਮਾਈ ਖਾਵਾਂ, ਕਿਸੇ ਦੇ ਹੱਥੋਂ ਖੋਵਾਂ ਨਾ। ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਅਸੀਂ ਆਪਣੇ ਪਰਮੇਸ਼ਵਰ ਤੋਂ ਮੁੱਖ ਮੋੜ ਰਹੇ ਹਾਂ, ਔਰ ਇਹੀ ਮੁੱਖ ਨਾ ਮੋੜਿਆ ਜਾਵੇ, ਇਹ ਗਿਆਨ ਸਾਨੂੰ ਸਮਝਾ ਰਹੇ ਨੇ ਭਗਤ ਕਬੀਰ ਜੀ। ਰਹਾਉ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਨੇ, ਜੋ ਤਨ ਚੀਰ ਹੈ ਅੰਗ ਨਾ ਮੋਰੋ। ਕਹਿੰਦੇ ਮਹਾਰਾਜ ਮੇਰਾ ਭਾਵੇਂ ਸਰੀਰ ਦਾ ਟੁਕੜਾ ਟੁਕੜਾ ਕਰ ਦਵੋ, ਜੋ ਤਨ ਚੀਰ ਹੈ, ਤਨ ਨੂੰ ਚੀਰ ਦਵੋ, ਲੇਕਿਨ ਮੇਰੇ ਕੱਟੇ ਹੋਏ ਅੰਗ ਵੀ ਤੁਹਾਡੇ ਚਰਨਾਂ ਦੇ ਵਿੱਚ ਹੀ ਪਏ ਰਹਿਣਗੇ, ਉਹ ਵੀ ਤੁਹਾਡੇ ਤੋਂ ਵੱਖਰੇ ਨਹੀਂ ਹੋਣਗੇ। ਇਹ ਜੇ ਕੰਟੈਕਸਟ ਵਿੱਚ ਦੇਖੀਏ ਤਾਂ ਲੋਈ ਜੀ ਭਗਤ ਕਬੀਰ ਜੀ ਨੂੰ ਕਹਿ ਰਹੇ ਨੇ, ਇੱਕ ਵਾਈਫ ਆਪਣੇ ਹਸਬੈਂਡ ਨੂੰ ਕਹਿ ਰਹੀ ਹੈ, ਇੱਕ ਜੀਵ ਇਸਤਰੀ ਆਪਣੇ ਪਰਮਾਤਮਾ ਨੂੰ ਕਹਿ ਰਹੀ ਹੈ। ਇਹੋ ਜਿਹਾ ਪਿਆਰ ਸਾਡੀ ਜ਼ਿੰਦਗੀਆਂ ਦੇ ਡਿਫਰੈਂਟ ਡਿਫਰੈਂਟ ਫੇਜ਼ਿਸ ਦੇ ਵਿੱਚ ਸਾਨੂੰ ਪੈਦਾ ਕਰਨਾ ਆਪਣੇ ਅੰਦਰ, ਜਦੋਂ ਬੱਚੇ ਹਾਂ ਆਪਣੇ ਮਾਂ ਪਿਓ ਵਾਸਤੇ, ਜਦੋਂ ਵੱਡੇ ਹੋ ਗਏ ਆਪਣੇ ਪਰਿਵਾਰਾਂ ਵਾਸਤੇ, ਜਦੋਂ ਬਜ਼ੁਰਗ ਹੋ ਗਏ ਆਪਣੇ ਬੱਚਿਆਂ ਵਾਸਤੇ, ਔਰ ਸਾਰੀ ਉਮਰ ਆਪਣੇ ਪਰਮੇਸ਼ਵਰ ਵਾਸਤੇ। ਸਾਧ ਸੰਗਤ ਜੀ, ਬੜਾ ਸ਼ੁਭ ਦਿਹਾੜਾ ਹੈ, ਬੜਾ ਵੱਡਾ ਦਿਹਾੜਾ ਹੈ। ਅੱਜ ਦੇ ਦਿਨ ਇੱਕ ਬੜੀ ਵੱਡੀ ਕ੍ਰਾਂਤੀ ਨੇ ਧਰਤੀ 'ਤੇ ਕਦਮ ਰੱਖਿਆ, ਧਰਤੀ 'ਤੇ ਆਏ ਪੰਜ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਫਲਸਫੇ ਸੰਤ ਸਰੂਪ ਦੇ ਵਿੱਚ ਅੱਜ ਦੇ ਦਿਨ ਸਿਪਾਹੀ ਵਾਲਾ ਸਰੂਪ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਸੰਤ ਸਰੂਪ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ। ਅੱਜ ਦੇ ਦਿਹਾੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰਿਆ, ਔਰ ਬੜੇ ਵੱਡੇ ਵੱਡੇ ਬਚਨਾਂ ਦੇ ਨਾਲ, ਬੜੇ ਵੱਡੇ ਵੱਡੇ ਮਹਾਂਪੁਰਸ਼ਾਂ ਦੇ ਬੋਲਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਧਰਤੀ 'ਤੇ ਆਏ। ਅੱਜ ਦੇ ਦਿਨ
ਸਾਰੀ ਕਾਇਨਾਤ, ਸਾਰੇ ਦੇਵੀ ਦੇਵਤੇ ਜੋ ਕਿ ਲੋਚਦੇ ਨੇ, ਬਾਣੀ ਕਹਿੰਦੀ ਹੈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭੱਜ ਹਰ ਕੀ ਸੇਵ। ਦੇਵੀ ਦੇਵਤੇ ਵੀ ਸਾਡੇ ਸਰੀਰ ਨੂੰ ਲੋਚਦੇ ਨੇ, ਕਿਉਂ? ਕਿਉਂਕਿ ਇਸ ਦੇਹੀ ਦੇ ਰਾਹੀਂ ਝਾੜੂ ਦੀ ਸੇਵਾ, ਦੇਗ ਦੀ ਸੇਵਾ, ਚੌਰ ਸਾਹਿਬ ਦੀ ਸੇਵਾ, ਹੋਰ ਬਾਣੀ ਪੜ੍ਹਨਾ ਇਸ ਦੇਹੀ ਨੂੰ ਪ੍ਰਵਾਨ ਹੈ, ਇਸ ਦੇਹੀ ਦੇ ਕਰਮਾਂ ਦੇ ਵਿੱਚ ਆਇਆ। ਅੱਜ ਦੇ ਦਿਨ ਸਾਡੇ ਸਾਰਿਆਂ ਨੂੰ ਆਪਣੇ ਔਗੁਣ ਪਤਾ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ, ਕਿਉਂਕਿ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਉਹਨਾਂ ਦੇ ਸਪੁੱਤਰ ਨੇ, ਆਮ ਤੌਰ 'ਤੇ ਇੱਥੇ ਪਿਤਾ ਬੈਠੇ ਹੋਣਗੇ, ਬਜ਼ੁਰਗ ਬੈਠੇ ਹੋਣਗੇ। ਆਮ ਤੌਰ 'ਤੇ ਪਰਿਵਾਰਾਂ ਦੇ ਵਿੱਚ ਬੱਚੇ ਆਪਣੇ ਮਾਂ ਪਿਓ ਦਾ ਸਤਿਕਾਰ, ਜਿਨ੍ਹਾਂ ਕੋਲ ਗੁਰਮਤ ਹੈ ਬਹੁਤ ਕਰਦੇ ਨੇ, ਵੱਧ ਚੜ੍ਹ ਕੇ ਕਰਦੇ ਨੇ। ਇੱਥੇ ਵੀ ਗੁਰੂ ਤੇਗ ਬਹਾਦੁਰ ਮਹਾਰਾਜ ਬੜੇ ਪ੍ਰਸੰਨ ਚਿੱਤ ਜ਼ਰੇ ਜ਼ਰੇ ਵਿੱਚ ਮੌਜੂਦ ਨੇ ਕਿ ਸਾਡੇ ਪਿਤਾ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਸੰਗਤਾਂ ਬੜੇ ਖਾਸ ਮਨ ਨਾਲ ਆਈਆਂ ਨੇ ਅਤੇ ਉਹਨਾਂ ਨੂੰ ਖਾਲੀ ਨਹੀਂ ਮੋੜਨਾ। ਗੁਰੂ ਤੇਗ ਬਹਾਦੁਰ ਮਹਾਰਾਜ ਵੀ ਵੱਡੇ ਹਿਰਦੇ ਕਰਕੇ ਬੈਠੇ ਹੋਏ ਨੇ, ਸਜੇ ਹੋਏ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਆਏ ਹੀ ਨੇ ਦਾਤਾਂ ਦੇਣ ਵਾਸਤੇ, ਅਤੇ ਅਜੇ ਡਬਲ ਡਬਲ ਕੰਮ ਹੋ ਰਿਹਾ। ਆਈਏ ਆਪਣੇ ਆਪਣੇ ਔਗੁਣ ਜਿਹੜੇ ਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਇੱਥੇ ਹੀ ਛੱਡਣ ਦੀ ਕੋਸ਼ਿਸ਼ ਕਰੀਏ। ਆਪਣੇ ਅੰਗ ਦੇ ਟੁਕੜੇ ਟੁਕੜੇ ਵੀ ਕਰਵਾ ਲਈਏ, ਲੇਕਿਨ ਸਾਡਾ ਬੋਰਾ ਬੋਰਾ ਟੁਕੜਾ ਟੁਕੜਾ ਵੀ ਹੋਣ ਤੋਂ ਬਾਅਦ ਵੀ ਅਸੀਂ ਗੁਰੂ ਤੋਂ ਮੁੱਖ ਨਾ ਮੋੜੀਏ। ਐਸੀ ਅਰਦਾਸ ਸਾਡੇ ਮਨ ਤੋਂ ਨਿਕਲੇ, ਪਿੰਡ ਪਰੈ ਤਉ ਪ੍ਰੀਤ ਨਾ ਤੋਰੋ। ਮਹਾਰਾਜ ਕਹਿ ਰਹੇ ਨੇ ਕਿ ਸਾਡੀ ਪ੍ਰੀਤੀ ਭਾਵੇਂ ਕੁਛ ਵੀ ਹੋ ਜਾਵੇ, ਅਸੀਂ ਜਿੰਨੇ ਮਰਜ਼ੀ ਦੂਰ ਚਲੇ ਜਾਈਏ, ਜਿੰਨੇ ਮਰਜ਼ੀ ਨੇੜੇ ਹੋਈਏ, ਲੇਕਿਨ ਸਾਡੀ ਪ੍ਰੀਤੀ ਆਪ ਜੀ ਨਾਲ ਕਦੀ ਵੀ ਨਾ ਟੁੱਟੇ। ਕਲਯੁਗ ਦਾ ਕੋਈ ਵੀ ਤੱਤਾ ਝੋਲਾ ਇਹੋ ਜਿਹਾ ਨਾ ਆਵੇ, ਭਾਵੇਂ ਬੱਚੇ ਨੂੰ ਨੌਕਰੀ ਮਿਲੀ ਹੈ ਜਾਂ ਨਹੀਂ ਮਿਲੀ, ਭਾਵੇਂ ਬੱਚੀ ਦਾ ਵਿਆਹ ਹੋ ਰਿਹਾ ਜਾਂ ਨਹੀਂ ਹੋ ਰਿਹਾ, ਭਾਵੇਂ ਘਰ ਦੇ ਵਿੱਚ ਬਿਮਾਰੀ ਆਈ ਹੈ ਜਾ ਰਹੀ ਹੈ ਨਹੀਂ ਜਾ ਰਹੀ, ਭਾਵੇਂ ਬੱਚੀ ਆਪਣੇ ਘਰ ਸੁਖੀ ਹੈ ਨਹੀਂ ਸੁਖੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਚੰਗੀ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ, ਇਹ ਦੁਨਿਆਵੀ ਤੱਤੇ ਝੋਲੇ ਆਉਂਦੇ ਰਹਿਣੇ ਆ, ਜਾਂਦੇ ਰਹਿਣੇ ਆ ਸਾਧ ਸੰਗਤ ਜੀ, ਪਰ ਸਾਡੀ ਪ੍ਰੀਤ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਦੀ ਨਾ ਟੁੱਟੇ, ਇਹ ਅਰਦਾਸ ਅਸੀਂ ਕਰੀਏ। ਭਗਤ ਕਬੀਰ ਜੀ ਜਿਹੜੀ ਅਰਦਾਸ ਇਸ ਸ਼ਬਦ ਵਿੱਚ ਕਰ ਰਹੇ ਨੇ, ਮਾਤਾ ਲੋਈ ਜੀ ਜੋ ਫਰਿਆਦ ਇਸ ਸ਼ਬਦ ਵਿੱਚ ਕਰ ਰਹੇ ਨੇ, ਹਮ ਤੁਮ ਬੀਚ ਭਇਓ ਨਹੀਂ ਕੋਈ। ਮਹਾਰਾਜ ਤੁਹਾਡੇ ਅਤੇ ਸਾਡੇ ਵਿੱਚ ਕੀ ਫਰਕ ਹੈ? ਇੱਕ ਲੋਈ ਜੀ ਆਪਣੇ ਹਸਬੈਂਡ ਨੂੰ ਕਹਿ ਰਹੇ ਨੇ, ਇੱਕ ਆਤਮਾ ਆਪਣੇ ਪਰਮਾਤਮਾ ਨੂੰ ਕਹਿ ਰਹੀ ਹੈ, ਤੁਹਾਡੇ ਅਤੇ ਮੇਰੇ ਵਿੱਚ ਕੀ ਫਰਕ ਹੈ? ਪਰਮੇਸ਼ਵਰ ਮੈਂ ਤੁਹਾਡੇ ਤੋਂ ਆਇਆ, ਇਹ ਅੰਸ਼ ਤੁਹਾਡੇ ਤੋਂ ਆਇਆ ਹੈ, ਕੋਈ ਫਰਕ ਨਹੀਂ। ਹਾਂ, ਫਰਕ ਕੀ ਹੈ? ਮਾਇਆ ਦਾ ਜਾਲ, ਮਾਇਆ ਦੇ ਜਾਲ ਨੇ। ਜਿੱਦਾਂ ਆਪਾਂ ਸਰਦੀਆਂ ਵਿੱਚ ਸ਼ੋਲ ਓੜ ਲੈਂਦੇ ਹਾਂ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ, ਇਸ ਤਰ੍ਹਾਂ ਕਲਯੁਗ ਦੇ ਵਿੱਚ ਮਾਇਆ ਨੇ ਸਾਨੂੰ ਓੜ ਲਿਆ ਆ, ਉਹ ਤੱਤੇ ਜਿਹੜੀ ਸ਼ੋਲ ਆ, ਉਹ ਕਾਲੀ ਜਿਹੜੀ ਲੋਈ ਹੈ ਜਿਹਨੇ ਸਾਨੂੰ ਆਪਣੇ ਆਪ ਵਿੱਚ ਝਕੋੜ ਲਿਆ ਹੈ, ਉਸ ਮਾਇਆ ਦੇ ਜਾਲ ਤੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ। ਔਰ ਬਚਾਉਣਾ ਸਾਧ ਸੰਗਤ ਜੀ ਕੋਈ ਇਹੋ ਜਿਹਾ ਕੋਈ ਇਹ ਨਾ ਸਮਝੀਏ ਕਿਉਂਕਿ ਮੈਜਿਕ ਹੋ ਜਾਣਾ ਹੈ ਕਿ ਆਪਾਂ ਬਚ ਜਾਓਗੇ। ਇਸੀ ਘਰ ਦੇ ਵਿੱਚ ਸਾਰੀ ਬਰਕਤਾਂ ਹੈਗੀਆਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਹੀ ਸਾਰੀ ਬਰਕਤਾਂ ਹੈਗੀਆਂ। ਲੈਣ ਵਾਲੇ ਬਣੀਏ ਅਤੇ ਸਾਰਾ ਕੁਝ ਝੋਲੀਆਂ ਭਰ ਕੇ ਲੈ ਜਾਈਏ। ਅਸੀਂ ਦੇਖ ਰਹੇ ਹਾਂ
ਸਾਰੇ ਧਰਮਾਂ ਦੇ ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸੇ ਕਰਕੇ ਆ ਰਹੇ ਨੇ ਕਿ ਉਹਨਾਂ ਨੂੰ ਕੁਛ ਨਾ ਕੁਛ ਮਿਲਿਆ, ਨਹੀਂ ਤਾਂ ਕੋਈ ਨਹੀਂ ਜਾਂਦਾ ਸਾਧ ਸੰਗਤ ਜੀ। ਅੱਧਾ ਗਿਲਾਸ ਪਾਣੀ ਕਿਸੇ ਨੂੰ ਪਿਲਾਉਣ ਨਹੀਂ ਤਿਆਰ ਕੋਈ ਕਲਯੁੱਗ ਦੇ ਵਿੱਚ, ਬਿਨਾਂ ਕਿਸੇ ਕੰਮ ਦੇ ਬਿਨਾਂ ਕਿਸੇ ਮਤਲਬ ਦੇ ਕੋਈ ਕਿਸੇ ਕੋਲ ਨਹੀਂ ਜਾਉਂਦਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਹਿਰਦੇ ਇੰਨੇ ਵੱਡੇ ਨੇ ਕਿ ਉਹ ਕੁਛ ਨਹੀਂ ਦੇਖ ਰਹੇ, ਉਹ ਕੁਛ ਨਹੀਂ ਪਰਵਾਹ, ਉਹ ਕੁਛ ਨਹੀਂ ਸੋਚ ਰਹੇ। ਕੋਈ ਇੱਕ ਪੈਸਾ ਇੱਕ ਆਨਾ ਲੈ ਕੇ ਆਇਆ, ਕੋਈ ਇੱਕ ਚੀਨੀ ਦਾ ਦਾਨਾ ਲੈ ਕੇ ਆਇਆ, ਕੋਈ ਭਾਵੇਂ 100 ਬੋਰੀਆਂ ਚਾਵਲ ਦੀਆਂ ਲੈ ਕੇ ਆਇਆ, ਮਹਾਰਾਜ ਦੀ ਅੱਖਾਂ ਦੇ ਵਿੱਚ ਸਾਰੇ ਬਰਾਬਰ ਨੇ। ਮਹਾਰਾਜ ਨੇ ਕੇਵਲ ਅਤੇ ਕੇਵਲ ਭਾਵਨਾ ਦੇਖਣੀ ਹੈ। ਮੇਰਾ ਗੁਰਸਿੱਖ ਜਦੋਂ ਸਵੇਰੇ ਤੁਰਿਆ ਅਤੇ ਉਹਦੇ ਮਨ ਦੇ ਵਿੱਚ ਮੇਰੀ ਯਾਦ ਸੀਗੀ, ਜਾਂ ਫਿਰ ਵਟਸਐਪ ਦੇ ਉੱਪਰ ਮੈਸੇਜਿਸ ਚੈੱਕ ਹੋ ਰਹੇ ਸੀ ਅਤੇ ਕੋਈ ਵੀਡੀਓ ਦੇ ਵਿੱਚ ਗਾਣਾ ਦੇਖਿਆ ਜਾ ਰਿਹਾ ਸੀ, ਜਾਂ ਇੰਸਟਾਗ੍ਰਾਮ ਦੀ ਰੀਲਾਂ ਦੇਖੀਆਂ ਜਾ ਰਹੀਆਂ ਸੀਗੀਆਂ। ਜਦੋਂ ਅਸੀਂ ਨੌਕਰੀਆਂ ਵਾਸਤੇ ਬੱਚੇ ਨੌਜਵਾਨ ਬੈਠੇ ਨੇ, ਜਦੋਂ ਇੰਟਰਵਿਊ ਦੇਣਾ ਹੁੰਦਾ ਨਾ ਸਾਧ ਸੰਗਤ ਜੀ, ਅਤੇ ਕਈ ਦਿਨਾਂ ਤੋਂ ਤਿਆਰੀਆਂ ਕਰਦੇ ਹਾਂ ਅਤੇ ਜਦੋਂ ਤੱਕ ਇੰਟਰਵਿਊ ਤੱਕ ਨਹੀਂ ਪਹੁੰਚਦੇ ਉਹੀ ਸਵਾਲ ਜਵਾਬ ਵਾਰ ਵਾਰ ਚੇਤੇ ਕਰੀ ਜਾਂਦੇ ਆ, ਪਰ ਜਦੋਂ ਗੁਰਦੁਆਰੇ ਆਉਣਾ ਹੁੰਦਾ ਹੈ ਅਤੇ ਸਾਡੀ ਸੁਰਤੀਆਂ ਬਿਰਤੀਆਂ ਜੁੜਨੀਆਂ ਔਖੀਆਂ ਹੁੰਦੀਆਂ। ਜਦੋਂ ਬੱਚਿਆਂ ਦੇ ਐਗਜ਼ਾਮ ਹੁੰਦੇ ਨੇ, ਮਾਂ ਪਿਓ ਅਖੀਰ ਸਮੇਂ ਤੱਕ ਕਹਿੰਦੇ ਰਹਿੰਦੇ ਆ, ਬੱਚਾ ਇਹ ਵੀ ਚੇਤੇ ਕਰ ਲੈ, ਰਿਵਾਈਜ਼ ਕਰ ਲੈ, ਇਹ ਵੀ ਰਿਵਾਈਜ਼ ਕਰ ਲੈ। ਉਹ ਸਾਰਾ ਧਿਆਨ ਪੜ੍ਹਾਈ ਵਿੱਚ ਲਾਉਣ ਨੂੰ ਅਸੀਂ ਤਿਆਰ ਹੈਗੇ ਹਾਂ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ, ਅੱਜ ਮੰਨ ਲਓ ਕਿਸੇ ਸ਼ੋਪ ਦੀ ਓਪਨਿੰਗ ਹੈ ਅਤੇ ਪਿਛਲੇ ਇੱਕ ਹਫ਼ਤੇ ਤੋਂ ਤਿਆਰੀਆਂ ਕਰੋਂਗੇ, 24 ਘੰਟੇ ਦਿਮਾਗ ਦੇ ਵਿੱਚ ਰਹੇਗਾ ਇੱਥੇ ਫੁੱਲ ਲਾਉਣੇ ਆ, ਇੱਥੇ ਲੀਫਲੈਟ ਰੱਖਣੇ ਆ, ਇੱਥੇ ਮਾਰਕੀਟਿੰਗ ਕਰਨੀ ਹੈ। ਲੇਕਿਨ ਜਦੋਂ ਗੁਰਦੁਆਰੇ ਆਉਣਾ ਹੈ, ਇੱਥੇ ਆ ਕੇ ਵੀ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਆਪਾਂ ਸਾਰਿਆਂ ਨੇ ਸਾਖੀਆਂ ਸੁਣੀਆਂ। ਅਸੀਂ ਆਪਣੀਆਂ ਆਪਣੀਆਂ ਹਾਜ਼ਰੀਆਂ ਪੱਕੇ ਮਨੋ ਇੱਥੇ ਲਵਾਈਏ, ਤਾਂ ਜਾ ਕੇ ਜਿਹੜੀ ਗੁਰਬਾਣੀ ਦੀ ਪੰਕਤੀ ਹੈ ਨਾ, ਕਿਉਂ ਕਹਿਣਾ ਪੈ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੇ ਵਿੱਚ, ਕਿਉਂ ਕਹਿਣਾ ਪੈ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੋਟਨ ਮੈਂ ਕਹੂ ਨਾਰਾਇਣ ਜਿਹੈ ਚੀਤ। ਕਈ ਕਰੋੜਾਂ ਵਿੱਚੋਂ ਕੋਈ ਇੱਕ ਹੈ ਜੋ ਨਾਰਾਇਣ ਨੂੰ ਚਿੱਤ ਨਾਲ ਜੋੜ ਕੇ ਯਾਦ ਕਰਦਾ। 130-135 ਕਰੋੜ ਦੀ ਆਬਾਦੀ ਹੈ, ਮਹਾਰਾਜ ਕਹਿੰਦੇ ਕਈ ਕਰੋੜਾਂ ਦੇ, ਜੇ ਅਸੀਂ 1 ਕਰੋੜ ਨੂੰ ਵੀ ਇੱਕ ਲਾ ਲਈ ਹੈ ਅਤੇ 135 ਕਰੋੜ ਦੇ ਵਿੱਚ 135 ਹੋ ਗਏ ਜਿਹੜੇ ਨਾਮ ਜਪ ਰਹੇ ਨੇ। ਇਹ ਸਾਰੀ ਵਿਚਾਰ ਸਾਨੂੰ ਗੁਰਬਾਣੀ ਸਮਝਾਉਂਦੀ ਹੈ। ਵਾਰ 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 ਸੁਣ ਕੇ ਸਾਡਾ ਮਨ ਪ੍ਰੇਰਿਤ ਹੁੰਦਾ ਕਿ ਨਹੀਂ ਮਨਾ, ਦੁਨਿਆਵੀ ਕੰਮਾਂ ਕਰਨ ਤੋਂ ਬਾਅਦ ਆਪਣੇ ਨਾਮ ਨਾਲ ਜੁੜੀਏ। ਇਹ ਯੂਟਿਊਬ ਨੇ, ਇੰਸਟਾਗ੍ਰਾਮ ਨੇ, ਵੀਡੀਓ ਨੇ ਸਾਨੂੰ ਕੁਛ ਨਹੀਂ ਦੇਣਾ। ਸਮਾਂ ਗਵਾ ਕੇ ਅਸੀਂ ਆਪਣਾ ਜੀਵਨ ਵਿਅਰਥ ਕਰ ਰਹੇ ਹਾਂ। ਵਾਰ 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 ਬੜੀ ਹੈਰਾਨੀ ਦੀ ਗੱਲ ਹੈ ਸਾਧ ਸੰਗਤ ਜੀ, ਕਈ ਮਾਂ ਪਿਓ ਬੱਚਿਆਂ ਵਾਸਤੇ ਬੇਨਤੀ ਕਰਦੇ ਨੇ, ਹਏ ਸਾਡਾ ਬੱਚਾ ਮੋਬਾਈਲ ਨਹੀਂ ਛੱਡਦਾ, ਸਾਰਾ ਦਿਨ ਮੋਬਾਈਲ 'ਤੇ ਲੱਗਿਆ ਰਹਿੰਦਾ। ਪਰ ਹਾਸਾ ਇਸ ਗੱਲ ਦਾ ਆਉਂਦਾ ਕਿ ਉਹ ਮਾਂ ਪਿਓ ਆਪ ਵੀ ਮੋਬਾਈਲ ਨਹੀਂ ਛੱਡਦੇ, ਉਹ ਆਪ ਵੀ ਲੱਗੇ ਹੋਏ ਨੇ ਵਿੱਚ। ਅਤੇ ਫਿਰ ਔਰਨ ਕੋ ਉਪਦੇਸ਼ਤ ਹੈ ਪਸ ਤੋਹੇ ਪ੍ਰਬੋਧ ਨਾ ਲਾਗੋ, 10ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ, ਵੀ ਔਰਾਂ ਨੂੰ ਉਪਦੇਸ਼ ਕਰੀ ਜਾਂਦੇ ਹਾਂ, ਆਪਣੇ ਆਪ 'ਤੇ ਲਾਗੂ ਨਹੀਂ ਕਰਦੇ। ਤੁਮ ਹੀ ਕੰਤ ਨਾਰਹਮ ਸੋਈ, ਮਹਾਰਾਜ ਤੁਸੀਂ ਮੇਰੇ ਹਸਬੈਂਡ ਹੋ, ਮੈਂ ਤੁਹਾਡੀ ਵਾਈਫ ਹਾਂ। ਪਰਮੇਸ਼ਵਰ ਜੀ, ਜਦੋਂ ਅਸੀਂ ਆਪਣੇ ਆਪ ਨੂੰ ਇਸਤਰੀ ਮੰਨੂਗੇ ਨਾ ਸਾਧ ਸੰਗਤ ਜੀ, ਤਾਂ ਅਸੀਂ ਨਿਮਰਤਾ ਦੇ ਵਿੱਚ ਰਹੋਂਗੇ। ਇਸਤਰੀ ਜਾਮਾ ਨਿਮਰਤਾ ਨਾਲ ਭਰਿਆ ਹੋਇਆ, ਹਸਬੈਂਡ ਵਾਈਫ ਦੋਨੋਂ ਕੰਮ ਨੂੰ ਜਾ ਰਹੇ ਨੇ, ਫਰਜ਼ ਕਰੀਏ ਦੋਨੋਂ ਜੋਬ ਕਰਦੇ ਨੇ,
ਹਸਬੈਂਡ ਆਪਣੇ ਕੰਮ ਤੋਂ ਵਾਪਸ ਆ ਕੇ ਬੈੱਡ 'ਤੇ ਜਾ ਕੇ ਬਹਿ ਜਾਏਗਾ, ਟੀ ਵੀ ਲਾ ਕੇ ਬਹਿ ਜਾਏਗਾ, ਲੇਕਿਨ ਵਾਈਫ ਦੀ ਡਿਊਟੀ ਤਦ ਤੱਕ ਖਤਮ ਨਹੀਂ ਹੋਏਗੀ ਜਦੋਂ ਤੱਕ ਪ੍ਰਸ਼ਾਦਾ ਪਾਣੀ ਲਿਆ ਕੇ ਛਕਾ ਕੇ ਕਿਚਨ ਦੇ ਵਿੱਚ ਭਾਂਡੇ ਭੁੰਡੇ ਸਾਂਭ ਕੇ ਫਿਰ ਜਾ ਕੇ ਉਹਦੀ ਡਿਊਟੀ ਔਫ ਹੁੰਦੀ ਆ। ਕਰਕੇ ਇਸਤਰੀ ਜਾਮਾ ਨਿਮਰਤਾ ਨਾਲ ਭਰਿਆ, ਬੜੀ ਨਿਮਰਤਾ, ਕੁੱਟ ਕੁੱਟ ਕੇ ਸਹਿਜਸ਼ੀਲਤਾ, ਸਹਿਜ ਕੁੱਟ ਕੁੱਟ ਕੇ ਇਸਤਰੀ ਜਾਮੇ ਦੇ ਵਿੱਚ ਭਰਿਆ। ਜੇ ਪਰਮੇਸ਼ਵਰ ਦੀ ਸੇਵਾ, ਪਰਮ ਆਤਮਾ ਦੀ ਸੇਵਾ ਕਰ ਸਕਦਾ ਹੈ ਤਾਂ ਆਤਮਾ ਰੂਪ ਜੀਵ ਇਸਤਰੀ, ਇਹੀ ਸ਼ਬਦ ਵਿੱਚ ਵੀ ਸਿਖਾਇਆ ਜਾ ਰਿਹਾ ਹੈ। ਅਖੀਰਲੀਆਂ ਪੰਕਤੀਆਂ, ਕਹਿਤ ਕਬੀਰ ਸੁਨਹੁਰੇ ਲੋਈ, ਅਬ ਤੁਮਰੀ ਪ੍ਰਤੀਤ ਨ ਹੋਈ। ਸਾਰਾ ਸ਼ਬਦ ਮਾਤਾ ਲੋਈ ਜੀ ਦੇ ਮਨ ਦੀ ਅਵਸਥਾ ਦੱਸਦਾ, ਸਾਰਾ ਸ਼ਬਦ ਜੀਵ ਆਤਮਾ ਦੇ ਮਨ ਦੀ ਅਵਸਥਾ ਦੱਸਦਾ। ਅਖੀਰਲੀ ਪੰਕਤੀਆਂ ਭਗਤ ਕਬੀਰ ਜੀ ਕਹਿ ਰਹੇ ਨੇ, ਕਵੀ ਸੁਣੋ ਏਰੇ ਲੋਈ, ਲੋਈ ਜੀ, ਕਬੀਰ ਜੀ ਆਪਣੇ ਮੁਖਾਰਬਿੰਦ ਤੋਂ ਕਹਿੰਦੇ ਨੇ, ਹੁਣ ਸਾਨੂੰ ਤੁਹਾਡਾ ਪ੍ਰਤੀਤ ਨਹੀਂ ਰਿਹਾ, ਤੁਹਾਡੇ 'ਤੇ ਭਰੋਸਾ ਨਹੀਂ ਰਿਹਾ, ਕਰਕੇ ਤੁਸੀਂ ਸਾਡੇ ਨਾਮ 'ਤੇ ਬਾਹਰ ਟਿੱਚਰ ਕੀਤਾ। ਜੀਵ ਆਤਮਾ ਪਰਮ ਆਤਮਾ ਨੂੰ ਕਹਿ ਰਹੀ ਹੈ, ਮਹਾਰਾਜ ਕਿਰਪਾ ਕਰੋ, ਕੀ ਗੱਲ ਤੁਹਾਨੂੰ ਸਾਡੇ 'ਤੇ ਪ੍ਰਤੀਤ ਨਹੀਂ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣਾ ਬਣਾ ਲਵੋ, ਸਾਡੇ 'ਤੇ ਪ੍ਰਤੀਤ ਕਰੋ। ਗਿਆਨ ਰੂਪੀ ਗਿਆਨ ਜਿਹੜਾ ਆ ਜਿਗਿਆਸੂ ਨੂੰ ਦੱਸ ਰਿਹਾ ਕਿ ਸਾਡੇ 'ਤੇ ਭਰੋਸਾ ਕਰ ਜਿਗਿਆਸੂ, ਹੇ ਸਿੱਖਾ ਸਾਡੇ 'ਤੇ ਭਰੋਸਾ ਕਰ, ਅਸੀਂ ਤੈਨੂੰ ਗਲਵਕੜੀ ਨਾਲ ਲਾ ਕੇ ਆਪਣੇ ਵਿੱਚ ਅਭੇਦ ਕਰ ਲੈਣਾ ਆ। ਦੇਖੋ ਇੱਕ ਸ਼ਬਦ ਦੇ ਕਿੰਨੇ ਅਰਥ ਬਣੀ ਜਾਂਦੇ ਨੇ ਨਾਲ ਦੇ ਨਾਲ। ਸੋ ਸਾਧ ਸੰਗਤ ਜੀ, ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਇਹ ਗੁਰਬਾਣੀ ਉਚਾਰਨ ਹੋਈ। ਅੱਜ ਦਾ ਦਿਹਾੜਾ ਹਾੜ ਵਧੀ ਪਹਿਲੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਕੀ ਵਡਾਲੀ ਦੇ ਵਿੱਚ ਪ੍ਰਕਾਸ਼ ਧਾਰ ਰਹੇ ਨੇ। ਬੜਾ ਲੰਬਾ ਇਤਿਹਾਸ, 48 ਸਾਲ ਲੰਬਾ ਇਤਿਹਾਸ, ਸਰੀਰ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 48 ਸਾਲ ਕੁਝ ਮਹੀਨੇ ਉਹਨਾਂ ਨੇ ਆਪਣੀ ਆਯੂ ਬਿਤਾਈ। ਗੁਰੂ ਮਹਾਰਾਜ ਜੀ ਦੇ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ। ਆਪ ਸਾਰਿਆਂ ਨੇ ਸਾਖੀ ਕਈ ਵਾਰ ਸੁਣੀ ਹੋਣੀ ਹੈ ਕਿ ਕਿਸ ਤਰ੍ਹਾਂ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੰਗਿਆ ਬਾਬਾ ਬੁੱਢਾ ਜੀ ਪਾਸੋਂ। ਥੋੜ੍ਹਾ ਜਿਹਾ ਇਤਿਹਾਸ ਨੂੰ ਪੜਚੋਲੀਏ ਅਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਤਾਰ ਰਹੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ, ਅਤੇ ਆਪ ਸਾਰਿਆਂ ਨੂੰ ਪਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ, ਇਹਨਾਂ ਨੂੰ ਇਹ ਗੱਲ ਕਦੀ ਕਬੂਲ ਨਹੀਂ ਹੋਈ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਕਿਉਂ ਮਿਲੀ। ਇੱਕ ਦਿਨ ਮਾਤਾ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਵਸਤਰ ਛੱਤ 'ਤੇ ਗਿੱਲੇ ਸੁਕਾਉਣ ਵਾਸਤੇ ਪਾਏ ਗਏ ਅਤੇ ਪ੍ਰਿਥੀ ਚੰਦ ਦੀ ਵੋਟੀ ਕਰਮੋ ਨੇ ਦੇਖਿਆ ਲਿਸ਼ਕਦੇ ਹੋਏ ਵਸਤਰ ਉੱਪਰ ਪਾਏ ਹੋਏ ਨੇ, ਮਨ ਦੇ ਵਿੱਚ ਬੜਾ ਗੁੱਸਾ ਵੀ ਆਇਆ ਔਰ ਮਨ ਦੇ ਵਿੱਚ ਜਲਨ ਵੀ ਹੋਈ ਕਿ ਕਿੱਥੇ ਪ੍ਰਿਥੀ ਚੰਦ ਨੂੰ ਗੁਰੂ ਗੱਦੀ ਮਿਲੀ ਹੁੰਦੀ ਅਤੇ ਇਹੋ ਜਿਹੇ ਵਸਤਰ ਅਸੀਂ ਵੀ ਪਾਉਣੇ ਸੀ। ਜਾ ਕੇ ਪ੍ਰਿਥੀ ਚੰਦ ਦੇ ਕੰਨ ਭਰੇ ਜਾਂਦੇ ਨੇ ਕਿ ਕਿੱਥੇ ਤੁਸੀਂ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ
ਨਾਲ ਸਹੀ ਵਿਵਹਾਰ ਕੀਤਾ ਹੁੰਦਾ, ਉਹਨਾਂ ਦੇ ਵਫ਼ਾਦਾਰ ਬਣੇ ਹੁੰਦੇ ਅਤੇ ਅੱਜ ਗੁਰਗੱਦੀ 'ਤੇ ਤੁਸੀਂ ਬੈਠੇ ਹੋਣੇ ਹੁੰਦੇ। ਪ੍ਰਿਥੀ ਚੰਦ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਦੇਖੋ ਇੱਕ ਗੱਲ ਅਸੀਂ ਮੰਨੀਏ ਸਾਰੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਪੁੱਤਰ ਹੋਣਾ ਵੀ ਇੱਕ ਬੜੇ ਵੱਡੇ ਮਾਣ ਦੀ ਗੱਲ ਹੈ। ਬਾਬਾ ਪ੍ਰਿਥੀ ਚੰਦ ਜੀ ਜੇ ਗੁਰੂ ਅਰਜਨ ਦੇਵ ਜੀ ਦੇ ਘਰ ਜਨਮ ਲੈ ਰਹੇ ਨੇ, ਉਹ ਵੀ ਬੜੀ ਵੱਡੀ ਗੱਲ ਹੈ। ਪ੍ਰਿਥੀ ਚੰਦ ਨੇ ਆਪਣੇ ਮੂੰਹ ਤੋਂ ਕਿਹਾ, ਤੂੰ ਚਿੰਤਾ ਨਾ ਕਰ, ਇਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੋਏਗੀ, ਗੁਰਤਾ ਗੱਦੀ 'ਤੇ ਬੈਠੇਗਾ ਅਤੇ ਸਾਡਾ ਬੇਟਾ ਮਿਹਰਬਾਨ ਬੈਠੇਗਾ, ਜੋ ਕਿ ਪ੍ਰਿਥੀ ਚੰਦ ਔਰ ਕਰਮੋ ਦਾ ਬੇਟਾ ਸੀ। ਇਹ ਗੱਲ ਬਾਹਰ ਨਿਕਲਦੀ ਨਿਕਲਦੀ ਮਾਤਾ ਗੰਗਾ ਜੀ ਤੱਕ ਪਹੁੰਚੀ। ਮਾਤਾ ਗੰਗਾ ਜੀ ਉਦਾਂ ਵੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀਆਂ ਕਰਦੇ ਸੀ ਕਿ ਮਹਾਰਾਜ ਕੁੱਖ ਦੇ ਵਿੱਚ ਅਗਲਾ ਨੂਰ ਆਵੇ, ਘਰ ਦਾ ਚਿਰਾਗ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ ਨਿਮਰਤਾ ਦੇ ਵਿੱਚ ਆ ਕੇ ਸ਼ਹੀਦਾਂ ਦੇ ਸਰਤਾਜ ਐਵੇਂ ਨਹੀਂ ਕਹਿੰਦੇ, ਇਹ ਜਿਹੜੇ ਗੁਰਪੁਰਬ ਮਨਾ ਰਹੇ ਆ ਨਾ ਸਾਧ ਸੰਗਤ ਜੀ, ਇੱਥੋਂ ਸਿੱਖਿਆ ਇਹੀ ਲੈਣੀ ਹੈ ਕਿ ਅਸੀਂ ਵੀ ਨਿਮਰਤਾ ਆਪਣੇ ਵਿੱਚ ਲੈ ਕੇ ਆਈ ਹੈ। ਬਾਹਰ ਗੱਡੀ ਵਿੱਚ ਬੈਠ ਕੇ ਹੌਰਨ ਮਾਰੀ ਜਾਣਾ ਗਰੀਬਾਂ ਨੂੰ, ਇਹੋ ਜਿਹੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਾਣਾ, ਇਹ ਸਾਡੀ ਗੁਰਸਿੱਖੀ ਦੇ ਵਿੱਚ ਤਾਂ ਨਹੀਂ ਹੈ। ਸਾਡੀ ਗੁਰਸਿੱਖੀ ਦੇ ਵਿੱਚ ਹੈਗਾ ਗਰੀਬ ਦੀ ਬਾਂਹ ਫੜ ਲੈਣੀ, ਆਪਣੇ ਕੋਲ ਹੋਵੇ ਨਾ ਹੋਵੇ ਭਾਵੇਂ, ਪਰ ਕੋਈ ਭੁੱਖਾ ਨਾ ਜਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪ੍ਰਿਥੀ ਚੰਦ ਦੇ ਮੂੰਹ ਤੋਂ ਨਿਕਲਿਆ ਵਾਕ ਝੂਠਾ ਨਹੀਂ ਸਾਬਿਤ ਹੋਏਗਾ। ਮਾਤਾ ਗੰਗਾ ਜੀ ਹੋਰ ਪਰੇਸ਼ਾਨ ਹੋ ਗਏ, ਮਹਾਰਾਜ ਫਿਰ ਅਸੀਂ ਕੀ ਕਰੂੰਗੇ? ਮਹਾਰਾਜ ਕਹਿੰਦੇ, ਮੈਂ ਤਾਂ ਇਸ ਬਚਨ ਨੂੰ ਨਹੀਂ ਮੋੜ ਸਕਦਾ ਕਰਕੇ ਉਹ ਮੇਰੇ ਵੱਡੇ ਭਰਾ ਨੇ, ਪਰ ਹਾਂ ਧਰਤੀ 'ਤੇ ਇਹੋ ਜਿਹਾ ਸਾਧੂ ਹੈਗਾ ਜੋ ਤੇਰਾ ਵਰ ਕਬੂਲ ਕਰ ਸਕਦਾ, ਜਾਓ ਬਾਬਾ ਬੁੱਢਾ ਜੀ ਕੋਲ ਜਾਓ, ਉਹਨਾਂ ਨੂੰ ਬੇਨਤੀ ਕਰੋ। ਉਹ ਭਗਤ ਨੇ ਗੁਰਬਾਣੀ ਦੇ, ਉਹਨਾਂ ਨੇ ਪੰਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ, ਉਹ ਚਾਹੁਣ ਤਾਂ ਤੇਰਾ ਝੋਲੀ ਜਿਹੜੀ ਆ ਭਰ ਸਕਦੇ ਨੇ। ਮਾਤਾ ਗੰਗਾ ਜੀ ਪੂਰੇ ਲਾਹੌਰ ਲਸ਼ਕਰ ਦੇ ਨਾਲ ਆਪਣੇ ਨਾਲ ਆਪਣੀਆਂ ਦਾਸੀਆਂ ਲੈ ਕੇ, ਬੜੇ ਵੱਡੇ 36 ਪ੍ਰਕਾਰ ਦੇ ਭੋਜਨ ਲੈ ਕੇ ਉਸ ਸਮੇਂ ਰੱਥ 'ਤੇ ਬੈਠ ਕੇ ਜਾਂਦੀ ਹੈ ਬਾਬਾ ਬੁੱਢਾ ਜੀ ਕੋਲ। ਅਤੇ ਜਦੋਂ ਅਸੀਂ ਤੇਜ਼ੀ ਨਾਲ ਗੱਡੀ ਚਲਾਈਏ, ਸਕੂਟਰ ਚਲਾਈਏ, ਅਤੇ ਥੋੜ੍ਹੀ ਮਿੱਟੀ ਪਿੱਛੋਂ ਉੱਡਦੀ ਹੈ ਜੇ ਕੱਚੀ ਸੜਕਾਂ ਤੋਂ ਚੱਲੀਏ ਤਾਂ, ਅਤੇ ਜਦੋਂ ਮਿੱਟੀ ਉੜੀ ਦੂਰੋਂ ਆਉਂਦੇ ਆ, ਦੇਖਿਆ ਬਾਬਾ ਬੁੱਢਾ ਜੀ ਨੇ ਆਪਣੇ ਆਲੇ ਦੁਆਲੇ ਸੇਵਕ ਸੀਗੇ, ਖੇਤਾਂ ਵਿੱਚ ਬੈਠੇ ਸੀ, ਬਾਬਾ ਬੁੱਢਾ ਜੀ ਦੇ ਮੁੱਖੋਂ ਸਹਿਜ ਸੁਭਾਏ ਨਿਕਲਿਆ, ਇਹ ਗੁਰੂ ਦਿਆਂ ਨੂੰ ਭਾਜੜਾਂ ਕਿਉਂ ਪੈ ਗਈਆਂ? ਕਹਿਣ ਦਾ ਮਤਲਬ, ਗੁਰੂ ਦੇ ਘਰ ਵਾਲਿਆਂ ਨੂੰ ਇੰਨੀ ਕਾਹਲੀ ਕਿਉਂ ਹੋ ਗਈ? ਇੰਨੀ ਜਲਦੀ ਕਿਸ ਗੱਲ ਦੀ ਪੈ ਗਈ? ਇੰਨੀ ਤੇਜ਼ੀ ਨਾਲ ਆ ਰਹੇ ਨੇ। ਮਾਤਾ ਗੰਗਾ ਜੀ ਆਏ, ਉਹਨਾਂ ਨੇ ਆਪਣੇ ਸੇਵਕ ਨੂੰ ਭੇਜਿਆ ਬਾਬਾ ਬੁੱਢਾ ਜੀ ਨੂੰ, ਮਹਾਰਾਜ ਘਰ ਦੇ ਵਿੱਚ ਸਪੁੱਤਰ ਦੀ ਦਾਤ। ਬਾਬਾ ਬੁੱਢਾ ਜੀ ਕਹਿੰਦੇ, ਤੁਹਾਡੇ ਹਸਬੈਂਡ, ਤੁਹਾਡਾ ਖਸਮ, ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਬ ਕਲਾ ਸਮਰੱਥ ਹੈ, ਉਹਨਾਂ ਤੋਂ ਜਾ ਕੇ ਮੰਗੋ, ਸਾਡੇ ਕੋਲ ਕੋਈ ਪੁੱਤਰ ਨਹੀਂ ਹੈਗਾ। ਸਾਧ ਸੰਗਤ ਜੀ, ਜਦੋਂ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਮਿਲਣ ਜਾਂਦੇ ਹਾਂ ਨਾ, ਅਤੇ ਆਪਣੇ ਆਪ ਨੂੰ ਨੀਵਾਂ ਕਰਕੇ ਜਾ ਕੇ ਹੀ ਕੁਛ ਲੈ ਸਕਦੇ ਹਾਂ। ਜਦੋਂ ਗੱਡੀ ਵਿੱਚ ਬੈਠੇ ਹੁੰਦੇ ਹਾਂ, ਜਦੋਂ ਭਿਖਾਰੀ ਆਉਂਦਾ ਹੈ ਨਾ, ਅਤੇ ਹੱਥ ਨੀਵਾਂ ਕਰਕੇ ਮੰਗਦਾ ਆ, ਹੱਥ ਉੱਚਾ ਕਰਕੇ ਨਹੀਂ ਮੰਗਦਾ, ਮਿਲਿਆ ਲਿਆ ਮੈਨੂੰ ਨੋਟ ਲਿਆ ਕੇ ਦੇ, ਇਸ ਤਰ੍ਹਾਂ ਨਹੀਂ ਕੋਈ ਕਹਿੰਦਾ। ਨਿਮਰਤਾ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ ਮੰਗਿਆ ਜਾਂਦਾ। ਪਰ ਮਾਤਾ ਗੰਗਾ ਜੀ ਕਿਉਂਕਿ ਰੋਇਲ ਸੀਗੇ, ਵੱਡੇ ਪਰਿਵਾਰ ਤੋਂ ਸੀਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਕਿੰਨਾ ਵੱਡਾ ਘਰ ਸੀਗਾ,
ਉਸ ਵੱਡੇ ਘਰ ਦੇ ਵਿੱਚ ਉਸ ਸ਼ਾਨ ਦੇ ਨਾਲ ਇਹ ਮਨ ਦੇ ਵਿੱਚੋਂ ਭੁੱਲ ਗਏ, ਰਹਿ ਗਿਆ ਕਿ ਅਸੀਂ ਸਾਧੂ ਮਹਾਤਮਾਵਾਂ ਕੋਲ ਕਿਸ ਤਰ੍ਹਾਂ ਜਾਣਾ। ਇਹ ਵੀ ਸਿੱਖਿਆ ਸਾਡੇ ਵਾਸਤੇ ਹੈ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ 'ਤੇ ਆਈਏ, ਆਪਣੇ ਆਪ ਨੂੰ ਬਾਹਰ ਗੱਡੀ ਵਿੱਚ ਹੀ ਛੱਡਾਈਏ, ਆਪਣੇ ਆਪ ਦੇ ਅੰਦਰ ਦੇ ਅਹੰਕਾਰ ਨੂੰ ਉੱਥੇ ਲਾਏ, ਇੱਥੇ ਆ ਕੇ ਤਾਂ ਮਹਾਰਾਜ ਮੈਂ ਨੀਵੇਂ ਤੋਂ ਨੀਵਾਂ, ਨੀਵੇਂ ਤੋਂ ਨੀਵਾਂ, ਨੀਵੇਂ ਤੋਂ ਨੀਵਾਂ। ਅਸੀਂ ਨਾ ਜਦੋਂ ਸ਼ੁਰੂ ਸ਼ੁਰੂ ਵਿੱਚ ਇਸ ਲਾਈਨ ਦੇ ਵਿੱਚ ਆਏ, 9 ਸਾਲ ਦੀ ਉਮਰ ਸੀ, ਪਹਿਲੀ ਵਾਰੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਇੱਕ ਬੜੇ ਪਿਆਰੇ ਗੁਰਸਿੱਖ ਦਾ ਮੇਲ ਹੋਇਆ ਸੀ। ਕਈ ਵਾਰ ਉਹਨਾਂ ਦਾ ਨਾਮ ਸਟੇਜਾਂ ਤੋਂ ਲਿਆ। ਅੱਜ ਵੀ ਪੰਜਾਬੀ ਬਾਗ ਦੇ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਵਿਹਾਰ ਹੈਗਾ, ਪੱਛਮ ਵਿਹਾਰ ਦੇ ਅੱਗੇ, ਤਰਨਜੀਤ ਸਿੰਘ ਨਾਮ ਉਹਨਾਂ ਦਾ। ਅਤੇ ਮੈਨੂੰ ਉਹਨਾਂ ਨੇ ਇੱਕ ਗੱਲ ਸਮਝਾਈ 9, 10 ਸਾਲ, 11 ਸਾਲ ਦੀ ਉਮਰ ਦੇ ਵਿੱਚ। ਕਹਿੰਦੇ ਕਿ ਗੁਰਦੁਆਰੇ ਜਾਵੀਂ ਨਾ ਕਦੀ, ਅਤੇ ਕਹਿੰਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਚਰਨ ਧੂੜੀ ਬਣ ਕੇ ਮੱਥਾ ਟੇਕਣਾ। ਅਤੇ ਮੈਂ ਇਸ ਗੱਲ ਨੂੰ ਬੜੀ ਨੋਰਮਲੀ ਸਮਝਿਆ। ਕਹਿੰਦੇ ਕਿਹੜੀ ਚਰਨ ਧੂੜੀ? ਮੈਂ ਕਿਹਾ ਜਿਹੜੀ ਸਾਡੇ ਜੁੱਤਿਆਂ ਵਿੱਚ ਧੂੜੀ ਲੱਗੀ ਹੁੰਦੀ ਹੈ, ਪੈਰਾਂ ਵਿੱਚ ਧੂੜੀ ਲੱਗੀ ਹੁੰਦੀ ਹੈ। ਕਹਿੰਦੇ ਨਾ ਨਾ ਨਾ, ਉਹ ਨਹੀਂ। ਕਹਿੰਦੇ ਮਹਾਰਾਜ ਨੂੰ ਬੇਨਤੀ ਕਰਨੀ ਹੈ, ਮਹਾਰਾਜ ਜੀ ਮੇਰੇ ਪੈਰਾਂ ਦੀ ਜਿਹੜੀ ਚੁੱਚੀ ਉਂਗਲੀ ਹੈ ਨਾ, ਉਸ ਚੁੱਚੀ ਉਂਗਲੀ ਦੇ ਵਿੱਚ ਜਿਹੜਾ ਨਖੂਨ ਹੈਗਾ, ਉਸ ਨਖੂਨ ਦੇ ਅੰਦਰ ਜਿਹੜੀ ਮੈਲ ਫਸੀ ਹੋਈ ਹੈ, ਮਹਾਰਾਜ ਮੈਂ ਉਸ ਮੈਲ ਦੀ ਗੰਦਗੀ ਦੇ ਵੀ ਬਰਾਬਰ ਨਹੀਂ ਹਾਂ, ਮੈਨੂੰ ਬਖਸ਼ ਲਵੋ। ਇੰਨੀ ਨਿਮਰਤਾ ਦੇ ਨਾਲ, ਮਹਾਰਾਜ ਮੈਂ ਚੁੱਚੀ ਉਂਗਲੀ ਦੇ ਨਖੂਨ ਦੇ ਵਿੱਚ ਫਸੀ ਹੋਈ ਮੈਲ ਦੀ ਗੰਦਗੀ ਦੇ ਵੀ ਬਰਾਬਰ ਨਹੀਂ ਹੈਗਾ, ਮੈਨੂੰ ਬਖਸ਼ ਲਵੋ। ਇਹੋ ਜਿਹੀ ਨਿਮਰਤਾ ਦੇ ਨਾਲ ਜਦੋਂ ਅਸੀਂ ਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਤਾਂ ਫਿਰ ਮਜਾਲ ਹੈ ਕਦੀ ਗੁਰੂ ਖਾਲੀ ਛੱਡ ਦੇਵੇ। ਗੁਰੂ ਤਾਂ ਵੈਸੇ ਵੀ ਖਾਲੀ ਨਹੀਂ ਛੱਡਦਾ ਸਾਧ ਸੰਗਤ ਜੀ, ਪਰ ਪ੍ਰੀਤ ਪਿਆਰ ਇਹ ਬੜੀ ਵੱਡੀ ਗੱਲ। ਬਾਬਾ ਬੁੱਢਾ ਜੀ ਮਹਾਰਾਜ ਨੇ ਮੋੜਤਾ, ਮਾਤਾ ਗੰਗਾ ਜੀ ਵਾਪਿਸ ਜਾਂਦੇ ਨੇ, ਗੁਰੂ ਅਰਜਨ ਦੇਵ ਜੀ ਹੁਣ ਸਿਖਾ ਰਹੇ ਨੇ, ਮਾਤਾ ਜੀ ਕਿਸ ਤਰ੍ਹਾਂ ਗਏ ਸੀ, ਮਹਾਰਾਜ ਇਸ ਤਰ੍ਹਾਂ ਗਏ ਸੀ। ਨਹੀਂ 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 ਨਹੀਂ, ਨਿਮਰਤਾ ਵਿੱਚ ਜਾਣਾ ਹੈ। ਕੱਲ੍ਹ ਸਵੇਰੇ ਇਸ਼ਨਾਨ ਪਾਣੀ ਕਰਕੇ ਆਪ ਮਿੱਸੇ ਪ੍ਰਸ਼ਾਦੇ ਬਣਾ ਕੇ, ਲੱਸੀ ਲੈ ਕੇ, ਗੰਡੇ ਲੈ ਕੇ, ਪਿਆਜ਼ ਲੈ ਕੇ, ਆਪਣੇ ਸਿਰ 'ਤੇ ਟੋਕਰਾ ਰੱਖ ਕੇ ਨੰਗੇ ਪੈਰ 17-18 ਕਿਲੋਮੀਟਰ ਦੂਰ ਜਾਓ, ਪ੍ਰਸ਼ਾਦਾ ਲੈ ਕੇ ਜਾਓ। ਦੇਖੋ ਫਿਰ ਬਰਕਤਾਂ ਕਿਹੋ ਜਿਹੀਆਂ ਵਰਸਦੀਆਂ ਨੇ। ਔਰ ਇੱਥੇ ਬਾਬਾ ਬੁੱਢਾ ਜੀ ਨੇ ਵੀ ਰਾਤ ਨੂੰ ਪ੍ਰਸ਼ਾਦਾ ਨਹੀਂ ਛਕਿਆ, ਪਤਾ ਹੈ ਕਿ ਅੱਜ ਸਵੇਰੇ ਮਾਤਾ ਗੰਗਾ ਜੀ ਨੇ ਆਉਣਾ ਹੈ। ਮਾਤਾ ਗੰਗਾ ਜੀ ਟੋਕਰਾ ਸਿਰ 'ਤੇ ਰੱਖ ਕੇ ਆ ਰਹੇ ਨੇ। ਔਰ ਅਸੀਂ ਸਾਧ ਸੰਗਤ ਜੀ, ਬੱਚੇ ਦਾ ਜਨਮ ਦਿਨ ਹੁੰਦਾ, ਅਸੀਂ ਜੀ ਗੁਰਦੁਆਰਾ ਸਾਹਿਬ ਲੰਗਰ ਕਰਾਇਆ ਆ ਬੁੱਕ, ਹਾਂਜੀ ਹਲਵਾਈ ਜੀ ਛੋਲੇ ਭਟੂਰੇ ਬਣਾਇਓ, ਚਾਵਲ ਬਣਾਇਓ, ਉਹ ਸਲਾਦ ਬਹੁਤ ਵਧੀਆ ਬਣਾਇਓ, ਅਤੇ ਗੁਰਦੁਆਰਾ ਸਾਹਿਬ ਪੂਰੇ 9 ਵਜੇ ਪਹੁੰਚਾ ਦਿਓ ਕਰਕੇ ਸੰਗਤ ਨੇ ਥੱਲੇ ਆ ਜਾਣਾ ਆ। ਬਸ ਫੋਨ ਦੇ ਉੱਪਰ ਹੀ ਸਾਰੇ ਪ੍ਰਸ਼ਾਦੇ ਦੀ ਸੇਵਾ ਹੋ ਗਈ, ਸਾਰੇ ਪ੍ਰਸ਼ਾਦੇ ਦੀ ਸੇਵਾ, ਸਾਰੇ ਲੰਗਰ ਦੀ ਸੇਵਾ ਫੋਨ ਦੇ ਉੱਪਰ ਹੀ ਹੋ ਗਈ, ਅਤੇ ਬੱਚੇ ਦਾ ਜਨਮ ਦਿਨ ਵੀ ਮਨਾਇਆ ਗਿਆ। ਇਹ ਸਾਡੇ ਵਾਸਤੇ ਸਿੱਖਿਆ ਸਾਧ ਸੰਗਤ ਜੀ। ਸਾਰਾ ਸਾਲ ਅਸੀਂ ਆਪਣੇ ਐਸ਼ੋ ਆਰਾਮ ਦੇ ਵਿੱਚ ਜਿਉਂਦੇ ਹਾਂ, ਜਦੋਂ ਗੁਰਦੁਆਰੇ ਦੀ ਕਿੱਥੇ ਸੇਵਾ ਕਰਨ ਦਾ ਮੌਕਾ ਮਿਲੇ ਨਾ, ਕੋਈ ਐਨੀਵਰਸਰੀ ਹੋਵੇ, ਕੋਈ ਬੱਚੇ ਦਾ ਜਨਮ ਦਿਨ ਹੋਵੇ, ਕੋਈ ਮਰਗ ਹੋ ਜਾਵੇ, ਤਾਂ ਆਪ ਆਪਣੇ ਹੱਥੀਂ ਪ੍ਰਸ਼ਾਦੇ ਬਣਾ ਲਈਏ, ਆਪ ਮੁੜਕੋ ਮੁੜਕੋ ਹੋ ਕੇ ਦਾਲ ਧੋ ਲਈਏ, ਆਪ ਪਾਣੀ ਵਰਤਾ ਲਈਏ, ਦੇਖੀਏ ਗੁਰੂ ਸਾਹਿਬ ਕਿੰਨੀਆਂ ਬਰਕਤਾਂ ਕਰਦੇ ਨੇ।
ਬਰਕਤਾਂ ਮਹਾਰਾਜ ਵੈਸੇ ਵੀ ਕਰ ਰਹੇ ਨੇ, ਖਾਲੀ ਕਿਸੇ ਨੂੰ ਨਹੀਂ ਛੱਡਦੇ, ਪਰ ਜਿਹੜਾ ਹਿਰਦੇ ਵਿੱਚ ਪ੍ਰੇਮ ਦੀ ਜੋਤ ਜਗਾਉਣੀ ਹੈ ਨਾ ਜ਼ਰੇ ਜ਼ਰੇ ਦੇ ਵਿੱਚ, ਇੱਥੇ ਹੁਣ ਸਾਨੂੰ ਇਹ ਸਰੀਰ ਨਜ਼ਰ ਆ ਰਹੇ ਨੇ, ਪਰ ਕੀ ਪਤਾ ਇਸ ਦਰਬਾਰ ਦੇ ਵਿੱਚ ਅੱਜ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਮਹਾਰਾਜ ਨੇ ਚਾਰ ਜੰਗਾਂ ਲੜੀਆਂ, ਕੀ ਪਤਾ ਇਸ ਦਰਬਾਰ 'ਚ ਉਸ ਜੰਗਾਂ ਵਿੱਚੋਂ ਕਿੰਨੇ ਸ਼ਹੀਦ ਸਿੰਘ ਇੱਥੇ ਸਜੇ ਹੋਣ, ਕਿੰਨੀ ਸ਼ਹੀਦ ਬੀਬੀਆਂ ਇੱਥੇ ਸਜੀਆਂ ਹੋਣ, ਪਰ ਉਹ ਨਜ਼ਰ ਤਾਂ ਆਉਣਗੀਆਂ ਜੇ ਪ੍ਰੇਮ ਦੀ ਜੋਤ ਹੋਵੇਗੀ, ਸਾਨੂੰ ਤਾਂ ਬੰਦੇ ਵੀ ਨਜ਼ਰ ਨਹੀਂ ਆਉਂਦੇ। ਸੋ ਸਾਧ ਸੰਗਤ ਜੀ, ਇਹ ਸਿੱਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਿੱਤੀ। ਮਾਤਾ ਜੀ ਨੇ ਬੇਨਤੀ ਕੀਤੀ, ਬਾਬਾ ਬੁੱਢਾ ਜੀ ਕਰੋ ਕਿਰਪਾ। ਮਾਂ ਬਾਬਾ ਬੁੱਢਾ ਜੀ ਨਾਲੇ ਨਾਲੇ ਪ੍ਰਸ਼ਾਦਾ ਛੱਕ ਰਹੇ ਨੇ ਅਤੇ ਨਾਲੇ ਨਾਲੇ ਬੱਦਲ ਗਰਜਣੇ ਸ਼ੁਰੂ ਹੋ ਗਏ। ਇਹ ਮੰਨੀਏ ਕਿ ਜਿਸ ਤਰ੍ਹਾਂ ਪੂਰਾ ਆਕਾਸ਼ ਅੱਜ ਆਕਾਸ਼ਵਾਣੀ ਕਰਨ ਲੱਗਾ ਆ, ਪਰ ਬਾਬਾ ਬੁੱਢਾ ਜੀ ਆਪਣੇ ਮੁਖਾਰਬਿੰਦ ਤੋਂ ਬਚਨ ਕਰਦੇ ਨੇ ਕਿ ਜਿਸ ਤਰ੍ਹਾਂ ਇਹ ਆਕਾਸ਼ ਗਰਜਿਆ, ਇਸੀ ਤਰ੍ਹਾਂ ਤੁਹਾਡੇ ਘਰ ਇੱਕ ਸੂਰਮਾ ਜਨਮ ਲਏਗਾ। ਹੁਣ ਧਿਆਨ ਨਾਲ ਸਮਝੀਏ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਪੰਜ ਗੁਰੂ ਸਾਹਿਬਾਨ 150 ਸਾਲ ਲਗਭਗ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ, ਪਰ ਜਿਹੜੀ ਸੂਰਮਾ ਬਿਰਤੀ ਹੈ ਨਾ, ਤਾਕਤ ਤੇਗ ਦੇ ਧਨੀ ਵਾਲੀ ਗੱਲ, ਇਹਨੂੰ ਖੁੱਲ੍ਹ ਕੇ ਨਹੀਂ ਪ੍ਰਚਾਰਿਆ ਗਿਆ। ਸ਼ਬਦ ਰਾਹੀਂ ਮਹਾਰਾਜ ਨੇ ਬਹੁਤਿਆਂ ਨੂੰ ਢਾਇਆ, ਲੇਕਿਨ ਤੇਗ ਦੀ ਵਾਰੀ ਹੁਣ ਆ ਰਹੀ ਹੈ ਅਤੇ ਮਾਤਾ ਗੰਗਾ ਜੀ ਵਾਸਤੇ ਦਿਸ ਵਾਜ਼ ਅ ਵੈਰੀ ਬਿਗ ਸਰਪ੍ਰਾਈਜ਼ ਕਿ ਹੈ ਵਾਹ, ਸਾਡੇ ਘਰ ਸੂਰਮੇ ਨੇ ਜਨਮ ਲੈਣਾ ਕਰਕੇ। ਲੜਾਈਆਂ ਝਗੜੇ ਤਾਂ ਉਸ ਟਾਈਮ ਵੀ ਹੁੰਦੇ ਸੀ, ਸੁਣੀਆਂ ਜਾਂਦਾ ਸੀਗੀਆਂ, ਜੰਗਾਂ ਹੁੰਦੀਆਂ ਸੀਗੀਆਂ, ਮੁਗਲ ਬਾਦਸ਼ਾਹ ਤਾਂ ਵੀ ਸੀਗੇ, ਲੇਕਿਨ ਜਦੋਂ ਮਾਤਾ ਜੀ ਨੇ ਇਹ ਵਰ ਸੁਣਿਆ, ਮਾਤਾ ਜੀ ਦਾ ਜਿਗਰਾ ਐਨ ਲੋਹੇ ਵਾਂਗੂ, ਫੌਲਾਦ ਵਾਂਗੂ ਚੌੜਾ ਹੋ ਗਿਆ ਕਿ ਮਹਾਰਾਜ ਮੇਰੀ ਕੁੱਖ ਤੋਂ ਇੱਕ ਸੂਰਮਾ ਜਨਮ ਲਏਗਾ, ਇੱਕ ਸੂਰਮੇ ਨੇ ਪ੍ਰਕਾਸ਼ ਧਾਰਨ ਕਰਨਾ। ਵਾਹ ਬਈ ਵਾਹ, ਸਾਰੇ ਆਲੇ ਦੁਆਲੇ ਬਹੁਤ ਖੁਸ਼ ਹੋ ਗਏ, ਉਹ ਸੇਵਾ ਪ੍ਰਵਾਨ ਹੋ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੰਕਤੀ ਚੇਤੇ ਰਹੀ ਬਾਬਾ ਬੁੱਢਾ ਜੀ ਦੀ, ਗੁਰੂ ਕਿਆਂ ਨੂੰ ਭਾਜਣਾ ਕਿਉਂ ਪੈ ਗਈ ਆ, ਨਿਮਰਤਾ ਦੇ ਵਿੱਚ ਆ ਕੇ ਮੁਆਫ਼ੀ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਨਿਮਰਤਾ ਦੇ ਰੂਪ 'ਚ ਕਹਿ ਲਈਏ, ਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਟਿਕਾਣਾ ਵਡਾਲੀ ਪਿੰਡ ਦੇ ਵਿੱਚ ਕੀਤਾ। ਮਾਤਾ ਗੰਗਾ ਜੀ ਦੀ ਪ੍ਰੈਗਨੈਂਸੀ ਹੋਈ ਵਡਾਲੀ ਪਿੰਡ ਦੇ ਵਿੱਚ, ਅੱਜ ਪਿੰਡ ਦਾ ਨਾਮ ਗੁਰੂ ਕਾ ਵਡਾਲੀ ਪੈਂਦਾ ਹੈ। 3 ਸਾਲ ਤੱਕ ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਇੱਥੇ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸੀ ਗੁਰੂ ਕੇ ਵਡਾਲੀ ਪਿੰਡ ਦੇ ਵਿੱਚ ਅੱਜ ਦੇ ਦਿਹਾੜੇ ਪ੍ਰਕਾਸ਼ ਧਾਰਿਆ, ਜੋ ਪ੍ਰਕਾਸ਼ ਪੁਰਬ ਅਸੀਂ ਸਾਰੇ ਮਨਾ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ। ਪਰ ਸਾਧ ਸੰਗਤ ਜੀ, ਸਮਾਂ ਇੰਨਾ ਸੌਖਾ ਨਹੀਂ ਸੀ, ਕਿਉਂ? ਕਿਉਂਕਿ ਪ੍ਰਿਥੀ ਚੰਦ ਨੇ ਉੱਥੇ ਆਪਣੇ ਮੂੰਹ ਤੋਂ ਕੱਢਿਆ ਸੀ ਕਿ ਮੈਂ ਤਾਂ ਬਹਿਣ ਨਹੀਂ ਦੇਵਾਂਗਾ ਕਿਸੇ ਨੂੰ ਗੁਰਤਾ ਗੱਦੀ 'ਤੇ, ਅਤੇ ਇੱਥੇ ਤਾਂ ਗੁਰੂ ਕੀ ਵਡਾਲੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰ ਲਿਆ। ਅਤੇ ਹਜੇ ਤਾਂ ਉਹ ਜਿੱਦਾਂ ਹੁੰਦਾ ਨਾ ਬਾਲੀਵੁੱਡ ਦੇ ਵਿੱਚ ਇੱਕ ਵਿਲਨ, ਅਤੇ ਇੱਥੇ ਮਹਾਰਾਜ ਤਾਂ ਜਿੱਤ ਗਏ, ਅਤੇ ਹੁਣ ਪ੍ਰਿਥੀ ਚੰਦ ਸਕੀਮਾਂ ਲਗਾਏਗਾ ਕਿ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਿਆ ਜਾਵੇ, ਅਤੇ ਮਿਹਰਬਾਨ ਜੋ ਪ੍ਰਿਥੀ ਚੰਦ ਦਾ ਬੇਟਾ ਉਹਨੂੰ ਗੁਰਤਾ ਗੱਦੀ 'ਤੇ ਬਿਠਾਇਆ ਜਾਵੇ। ਪ੍ਰਿਥੀ ਚੰਦ ਹੁਣ ਸਕੀਮ ਲਗਾਉਂਦਾ ਜੀ, ਸਭ ਤੋਂ ਪਹਿਲੀ ਹਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਮਾਂ ਦਾ ਦੁੱਧ ਚੁੰਘ ਰਹੇ ਆ ਇਸ ਛੋਟੀ ਬਾਲ ਅਵਸਥਾ ਦੇ ਵਿੱਚ ਨੇ, ਅਤੇ ਅਕਸਰ ਛੋਟੇ ਬੱਚਿਆਂ ਨੂੰ ਵੀ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ, ਅਤੇ ਮਾਤਾ ਗੰਗਾ ਜੀ ਦੇ ਦੁੱਧ ਚੁੰਘਣ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥੋੜ੍ਹਾ ਪਿੱਛੇ ਹਟ ਰਹੇ ਨੇ, ਬੀਬੀਆਂ ਬੈਠੀਆਂ। ਅਤੇ ਇੱਕ ਬੀਬੀ ਨੂੰ ਪ੍ਰਿਥੀ ਚੰਦ ਨੇ ਭੇਜਿਆ ਜਿਹੜੀ ਦਾਈ ਸੀਗੀ, ਕਿ ਤੂੰ ਜਾ ਅਤੇ ਆਪਣੇ ਥਨ 'ਤੇ
ਆਪਣੀ ਬ੍ਰੈਸਟ 'ਤੇ ਜ਼ਹਿਰ ਲਗਾ ਅਤੇ ਤੂੰ ਆਪਣਾ ਥਨ ਚੁੰਗਾ ਗੁਰੂ ਹਰਗੋਬਿੰਦ ਨੂੰ ਅਤੇ ਇਹਨੂੰ ਮਾਰ ਦੇ। ਬੀਬੀਆਂ ਬੈਠੀਆਂ, ਮਾਤਾ ਗੰਗਾ ਜੀ ਕਹਿੰਦੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਦੁੱਧ ਖੁੱਲ੍ਹ ਕੇ ਨਹੀਂ ਪੀ ਰਹੇ, ਕਿਸੇ ਕੋਲ ਕੋਈ ਨੁਸਖਾ ਹੈ? ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕਰਨੀ ਵਾਲੇ ਜਾਣੀ ਜਾਣ। ਇਹ ਦਾਈ ਉੱਠ ਕੇ ਕਹਿੰਦੀ ਹੈ ਕਿ ਮੈਂ ਪਿੰਡ ਵਿੱਚ ਬੜੀ ਪ੍ਰਚਲਿਤ ਹਾਂ, ਜਿਹੜੇ ਵੀ ਬੱਚਿਆਂ ਨੂੰ ਇਹ ਬਿਮਾਰੀ ਹੁੰਦੀ ਹੈ ਮੇਰਾ ਦੁੱਧ ਪਿਲਾਇਆ ਜਾਂਦਾ ਹੈ ਅਤੇ ਫਿਰ ਉਹ ਬੱਚਾ ਠੀਕ ਹੋ ਜਾਂਦਾ, ਲਿਆਓ ਬੱਚਾ ਮੈਨੂੰ ਦਿਓ। ਜਿੱਦਾਂ ਹੀ ਬੱਚਾ ਗੋਦ ਵਿੱਚ ਲੈਂਦੀ ਹੈ, ਕਰਨੀ ਦੇ ਮਾਲਕ ਕਰਤਾ ਧਰਤਾ ਮੀਰੀ ਪੀਰੀ ਦੇ ਮਾਲਕ, ਦੁੱਧ ਚੁੰਗਣਾ ਤਾਂ ਬੜੀ ਦੂਰ ਦੀ ਗੱਲ ਹੈ, ਉਹ ਦਾਈ ਦੇ ਥਨਾ ਨੂੰ ਦਬਾ ਕੇ ਉੱਥੇ ਹੀ ਉਹਦਾ ਦਮ ਕੱਢ ਦਿੰਦੇ ਆ, ਉੱਥੇ ਹੀ ਦਾਈ ਆਪਣੇ ਸਵਾਸ ਛੱਡ ਦਿੰਦੀ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਅੱਗੇ ਦਾ ਵੀ ਬਚਨ ਆਉਂਦਾ। ਸਾਧ ਸੰਗਤ ਜੀ, ਸਮਾਂ ਬਹੁਤ ਥੋੜ੍ਹਾ ਹੈ ਔਰ ਅਸੀਂ ਪਹਿਲੇ ਹੀ ਦੱਸਿਆ, ਇਹ 48 ਸਾਲਾਂ ਦਾ ਇਤਿਹਾਸ ਕੋਈ ਅੱਧੇ ਘੰਟੇ ਘੰਟੇ ਦੇ ਵਿੱਚ ਤਾਂ ਨਾਮੁਮਕਿਨ ਹੈ ਸ਼ੇਅਰ ਕਰਨਾ ਸੁਣਾਉਣਾ। ਪਰ ਸਾਡੀ ਬੇਨਤੀ ਇਹੀ ਹੋਈ ਹੈ ਕਿ ਅੱਜ ਸਾਰਾ ਦਿਨ ਜਿੰਨਾ ਵੱਧ ਤੋਂ ਵੱਧ ਇਤਿਹਾਸ ਸੁਣ ਸਕੀਏ, ਜਿੰਨੇ ਵੱਧ ਤੋਂ ਵੱਧ ਸ਼ਬਦ ਸੁਣ ਸਕੀਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਪਰਉਪਕਾਰਾਂ ਨੂੰ ਚਿੰਤਨ ਕਰਦੇ ਹੋਏ, ਉਨੇ ਥੋੜ੍ਹੇ ਨੇ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਆਉਂਦਾ ਹੈ ਕਿ ਇਹ ਦਾਈ ਦੀ ਰੂਹ ਬਾਹਰ ਆਉਂਦੀ ਹੈ ਔਰ ਆਪਣਾ ਕਥਨ ਦੱਸਦੀ ਹੈ ਕਿ ਮੈਂ ਅਪਸਰਾ ਹੁੰਦੀ ਸੀ, ਹੰਕਾਰ ਦੇ ਵਿੱਚ ਆ ਕੇ ਮੈਨੂੰ ਇੱਕ ਬੜਾ ਹੀ ਵੱਡੇ ਕਹਿ ਲਓ ਕਿ ਤਪਸਵੀ ਨੇ ਇੱਕ ਸ਼ਰਾਪ ਦਿੱਤਾ ਸੀ ਮੇਰੇ ਹੰਕਾਰ ਕਰਕੇ, ਔਰ ਕਿਹਾ ਸੀ ਤੇਰਾ ਸ਼ਰਾਪ ਜਿਹੜਾ ਕਲਯੁਗ ਦਾ ਅਵਤਾਰ ਦੂਰ ਕਰੇਗਾ, ਇਹ ਮੇਰਾ ਜਿਹੜਾ ਸ਼ਰਾਪ ਦੂਰ ਹੋਇਆ ਮੇਰੇ ਹੰਕਾਰ ਕਰਕੇ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਾਰ ਉਤਾਰਨ ਕੀਤਾ। ਹੁਣ ਇਹ ਸਾਧ ਸੰਗਤ ਜੀ ਮਨ ਕਣਤ ਗੱਲਾਂ ਨਹੀਂ ਹੈਗੀਆਂ, ਅਸੀਂ ਸਮਝੀਏ। ਕੱਲ੍ਹ ਨਾ ਨਾਨਕ ਪਿਓ ਸਾਹਿਬ ਮਹਾਰਾਜ ਨੇ ਸੇਵਾ ਲਈ, ਇਸ ਤੋਂ ਬਾਅਦ GT ਕਰਨਾਲ ਰੋਡ ਹਰਗੋਬਿੰਦ ਸਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਦੁਆਰਾ ਸਾਹਿਬ, ਉੱਥੇ ਸੇਵਾ ਹੈ। ਅਤੇ ਕੱਲ੍ਹ ਇੱਕ ਗੱਲ ਆਈ ਸੀਗੀ ਕਥਾ ਦੇ ਪ੍ਰਕਰਨ 'ਚ, ਲੋਗਨ ਰਾਮ ਖਿਲੋਨਾ ਜਾਣਾ, ਅਸੀਂ ਰਾਮ ਨੂੰ ਆਪਣੀ ਜੇਬ ਦੇ ਵਿੱਚ ਪਾ ਕੇ ਉਹਦੀ ਸ਼ਕਤੀ ਨੂੰ ਛੋਟਾ ਕਰ ਲਿਆ। ਪਰਮੇਸ਼ਵਰ ਛੋਟਾ ਨਹੀਂ, ਇਹ ਛੋਟੀ ਮੋਟੀ ਚੀਜ਼ਾਂ ਲੋਕਾਂ ਦਾ ਪਾਰ ਉਤਾਰਾ ਕਰਦੇ ਨਾ, ਰੂਹਾਂ ਨੂੰ, ਗੁਪਤ ਰੂਹਾਂ ਨੂੰ ਮਹਾਰਾਜ ਨੇ ਤਾਰ ਦੇਣੇ, ਅਤੇ ਬੜੀ ਛੋਟੀਆਂ ਛੋਟੀਆਂ ਗੱਲਾਂ ਨੇ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ, ਸਰਵ ਸ਼ਕਤੀਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ। ਉਹ ਧਰਤੀ 'ਤੇ ਆਏ ਹੀ ਇਸ ਕੰਮ ਕਰਨ ਨੂੰ ਨੇ ਕਿ ਜੋ ਸਾਡੇ ਵਰਗੀ ਪਾਪੀ ਰੂਹਾਂ ਦਰ ਬਦਰ ਭਟਕ ਰਹੀਆਂ ਨੇ, ਉਹਨਾਂ ਦਾ ਬਾਂਹ ਫੜਨ ਔਰ ਉਹਨਾਂ ਨੂੰ ਪਾਰ ਲਗਾਉਣ, ਸਾਡੀਆਂ ਚੁਰਾਸੀਆਂ ਕੱਟੀਆਂ ਜਾਣ, ਕੁੱਤੇ ਬਿੱਲੀ ਭੈਂਸ ਡੰਗਰ ਬੰਦਰ ਤੋਂ ਬਚਾਉਣ ਤੋਂ ਸਾਨੂੰ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ਣ ਗੁਰਬਾਣੀ ਦੇ ਨਾਲ। ਦੂਸਰੀ ਕੋਸ਼ਿਸ਼ ਕੀਤੀ ਪ੍ਰਿਥੀ ਚੰਦ ਨੇ, ਮਹਾਰਾਜ ਛੋਟੇ ਬੱਚੇ ਤੁਹਾਨੂੰ ਪਤਾ ਹੈ ਪੁਰਾਣੇ ਸਮੇਂ ਦੇ ਵਿੱਚ ਖਿਡਾਰੀ ਬੰਦਰ ਵਾਲੇ ਕੋਈ ਸੱਪ ਵਾਲੇ ਖੇਡਾਂ ਦਿਖਾਉਣ ਨੂੰ ਆਉਂਦੇ ਸੀ। ਦੂਸਰੀ ਚਾਲ ਚੱਲੀ ਪ੍ਰਿਥੀ ਚੰਦ ਨੇ, ਇੱਕ ਸੱਪ ਭੇਜਿਆ, ਸਪੇਲਾ ਅਤੇ ਸੱਪ ਭੇਜਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਯੂ 2 ਸਾਲ ਹਲੇ ਗੁਰੂ ਕੀ ਵਡਾਲੀ, ਸੱਪ ਭੇਜਿਆ ਅਤੇ ਖੇਡਦੇ ਖੇਡਦੇ ਸੱਪ ਗੁਰੂ ਮਹਾਰਾਜ ਦੇ ਕੋਲ ਆਇਆ। ਮਹਾਰਾਜ ਨੇ ਸੱਪ ਦਾ ਮੂੰਹ ਫੜਿਆ ਔਰ ਸਿੱਧਾ ਜ਼ਮੀਨ ਦੇ ਵਿੱਚ ਪੁੱਠਾ ਮਾਰਿਆ, ਸੱਪ ਉੱਥੇ ਹੀ ਮਰਿਆ। 2 ਸਾਲ ਦੀ ਆਯੂ ਕਿਉਂ ਕਰਕੇ ਅੱਜ ਅਸੀਂ ਇਹ ਦਿਨ ਇੱਥੇ ਮਨਾਉਣਾ ਸੀ। ਕੌਣ ਹੈ ਜਿਹੜਾ
ਗੁਰਾਂ ਨੂੰ ਪਰਮੇਸ਼ਵਰ ਸਰੂਪ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਨਿੱਕੀਆਂ ਨਿੱਕੀਆਂ ਦੋ ਟਕੇ ਦੀਆਂ ਛੋਟੀਆਂ ਛੋਟੀਆਂ ਔਜੀਆਂ ਹਰਕਤਾਂ ਕਰਕੇ ਹਰਾ ਦੇਵੇ। ਹਰਾਉਣ ਦੀ ਕੋਸ਼ਿਸ਼ ਕੀਤੀ ਨਾ ਔਰੰਗਜ਼ੇਬ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੈਲੇਂਜ ਕੀਤਾ, ਹਰਾ ਸਕਿਆ। ਅੱਜ ਲੱਖਾਂ ਕਰੋੜਾਂ ਸੰਗਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਰੋਜ਼ਾਨਾ ਨਤਮਸਤਕ ਹੋ ਰਹੀਆਂ ਨੇ। ਅਤੇ ਅਸੀਂ ਗਏ ਹਾਂ ਸਾਧ ਸੰਗਤ ਜੀ ਔਰੰਗਾਬਾਦ ਕਰਕੇ, ਅਸੀਂ ਮਹਾਰਾਸ਼ਟਰ ਦੇ ਵਿੱਚ ਸੰਗਤ ਨੇ ਸੇਵਾ ਬਖਸ਼ੀ ਹੈ। ਸੀਕਲੀਗਰ ਪਰਿਵਾਰਾਂ ਵਾਸਤੇ ਇੱਕ ਗੁਰਦੁਆਰਾ ਸਾਹਿਬ ਉਸਾਰੀ ਹੋ ਰਿਹਾ, ਕੋਈ ਗੁਰਦੁਆਰਾ ਨਹੀਂ ਆਲੇ ਦੁਆਲੇ ਉੱਥੇ, ਗਰੀਬ ਪਰਿਵਾਰ ਨੇ ਅਤੇ ਉਹਨਾਂ ਨੇ ਬੇਨਤੀ ਕੀਤੀ। ਅਤੇ ਔਰੰਗਾਬਾਦ 6 ਘੰਟੇ ਦਾ ਰਸਤਾ ਹੈਗਾ, ਅਸੀਂ ਗਏ ਹਾਂ। ਔਰੰਗਜ਼ੇਬ ਦੀ ਜਿਹੜੀ ਮਜ਼ਾਰ ਹੈਗੀ ਆ ਨਾ, ਜਿਹੜੀ ਕਬਰ ਹੈਗੀ ਆ, ਮਾਫ਼ ਕਰਿਓ, ਰੱਬ ਹੀ ਜਾਣਦਾ ਆ ਕਿ ਦੀਵਾ ਬਾਲਣ ਵਾਸਤੇ ਕੋਈ 2 ਰੁਪਏ ਦਾ ਤੇਲ ਆ ਕਿ ਉਹ ਪਾਉਣ ਨੂੰ ਵੀ ਤਿਆਰ ਨਹੀਂ ਹੈਗਾ। ਹਜੇ ਔਰੰਗਜ਼ੇਬ ਨੂੰ ਉੱਥੋਂ ਦੇ ਪਰਿਵਾਰ ਆਪਣਾ ਬੜਾ ਵੱਡਾ ਪੀਰ ਮੰਨਦੇ ਨੇ, ਬੜਾ ਵੱਡਾ ਇੱਕ ਪੈਗੰਬਰ ਮੰਨਦੇ ਨੇ। ਔਰ ਯਕੀਨ ਮੰਨਿਓ, ਜਿਹੜੀ ਛੱਤ ਹੈਗੀ ਨਾ, ਜਿਹੜੀ ਕਬਰ ਦੇ ਉੱਪਰ ਛੱਤ ਹੈ, ਉਹ ਸਟੀਲ ਦੇ ਜਿਹੜੇ ਟੀਨ ਹੁੰਦੇ ਆ, ਸਟੇਨਲੈਸ ਸਟੀਲ ਦੇ ਟੀਨਾਂ ਦੀ ਛੱਤ ਪਈ ਹੋਈ ਹੈ, ਔਰ ਇੱਥੇ ਸੋਨੇ ਦੇ ਛੱਤਰ ਝੁਲਦੇ ਪਏ ਨੇ। ਇਹ ਸੱਚ ਅਤੇ ਝੂਠ ਦਾ ਇੱਕ ਸੇਮ ਕੰਪੈਰੀਜ਼ਨ ਸਾਡੇ ਸਾਹਮਣੇ ਹੈ, ਇਸ ਕਰਕੇ ਕਿ ਸਾਨੂੰ ਵੀ ਸਮਝ ਆਵੇ ਅਸੀਂ ਕਿਹੜੇ ਪਾਸੇ ਜਾਣਾ, ਮਾਇਆ ਵੱਲ ਦੌੜੀ ਜਾਣਾ ਹੈ ਜਾਂ ਪਰਮੇਸ਼ਵਰ ਵੱਲ ਦੌੜ ਕੇ ਸਦੀਵੀ ਖੁਸ਼ੀ ਲੈਣੀ ਹੈ। ਇਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਅੱਜ ਵੀ ਮਿਲ ਜਾਵੇ, ਕੱਲ੍ਹ ਵੀ ਮਿਲ ਜਾਵੇ, ਇਹ ਪਦਾਰਥਾਂ ਦੇ ਮਗਰ ਦੌੜ ਦੌੜ ਕੇ ਆਪਣੇ ਆਪ ਨੂੰ, ਆਪਣੀ ਆਯੂ ਗਵਾ ਲੈਣੀ ਹੈ। ਜਾਂ ਮਹਾਰਾਜ ਪਹਿਲੇ ਮੈਨੂੰ 5 ਬਾਣੀਆਂ ਕੰਠ ਕਰਾਓ, ਮਹਾਰਾਜ ਫਿਰ 2 ਬਾਣੀਆਂ ਹੋਰ ਕੰਠ ਕਰਾਓ, ਮਹਾਰਾਜ ਕਿਰਪਾ ਕਰੋ ਸੁਖਮਨੀ ਸਾਹਿਬ ਦੀ ਬਾਣੀ, ਆਸਾ ਦੀ ਵਾਰ ਦੀ ਬਾਣੀ ਕੰਠ ਕਰਾਓ, ਮਹਾਰਾਜ ਕਿਰਪਾ ਕਰੋ ਰੋਜ਼ ਦੇ 5 ਸ਼ਬਦ ਮੈਨੂੰ ਕੰਠ ਕਰਾਓ, ਮੈਂ ਜਿੱਥੇ ਜਾਵਾਂ ਸੋਵਾਂ ਖਾਵਾਂ ਪੀਵਾਂ ਇਸ਼ਨਾਨ ਕਰਾਂ, ਜਿੱਥੇ ਮਰਜ਼ੀ ਗੱਡੀ ਚਲਾਵਾਂ, ਮੇਰੇ ਅੰਦਰ ਬਾਣੀ ਦਾ ਅਭਿਆਸ ਚੱਲਦਾ ਹੀ ਰਹੇ, ਚੱਲਦਾ ਹੀ ਰਹੇ, ਚੱਲਦਾ ਹੀ ਰਹੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਪ੍ਰਿਥੀ ਚੰਦ ਨੇ ਫਿਰ ਤੀਸਰਾ ਵਰ ਮੂੰਹ ਤੋਂ ਕੱਢਿਆ ਸਾਧ ਸੰਗਤ ਜੀ, ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਆਉਂਦਾ, ਪ੍ਰਿਥੀ ਚੰਦ ਨੇ ਕਰਕੇ ਪਤਾ ਸੀ ਉਹਦੀ ਜ਼ੁਬਾਨ ਦੇ ਵਿੱਚ ਬਲ ਹੈਗਾ, ਪਹਿਲਾਂ ਵੀ ਪੂਰਾ ਹੋਣ ਲੱਗਾ ਸੀ। ਉਹਨੇ ਕਿਹਾ ਕਿ ਇਹ ਗੁਰੂ ਮਹਾਰਾਜ ਚੇਚਕ ਦੀ ਬਿਮਾਰੀ ਤੋਂ ਦੁਨੀਆ ਛੱਡ ਜਾਣਗੇ। ਔਰ ਕੁਝ ਦਿਨਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੇਚਕ ਦੀ ਬਿਮਾਰੀ ਹੋਈ, 5 ਦਿਨ ਤੱਕ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ, ਸਾਰਿਆਂ ਨੇ ਬਾਣੀ ਦੇ ਜਾਪ ਕੀਤੇ, ਵੱਧ ਤੋਂ ਵੱਧ ਬਾਣੀ ਦੇ ਜਾਪ ਕਰਨ ਕਰਕੇ 6ਵੇਂ ਦਿਨ ਤੋਂ ਪਲਟਾ ਪੈ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਆਪ ਨੂੰ ਠੀਕ ਕਰਨਾ ਸ਼ੁਰੂ ਕੀਤਾ, ਮਹਾਰਾਜ ਨੇ ਬਾਣੀ ਦਾ ਪ੍ਰਤਾਪ ਦਿਖਾਇਆ। ਹਜੇ ਵੀ ਪ੍ਰਿਥੀ ਚੰਦ ਨਹੀਂ ਮੰਨਿਆ, ਅਜੇ ਵੀ ਨਹੀਂ ਮੰਨਿਆ। ਇਸ ਤੋਂ ਬਾਅਦ ਜਿਹੜਾ ਬਾਹਮਣ, ਜਿਹੜਾ ਪੰਡਿਤ ਘਰ ਦੀ ਰਸੋਈ ਦੇ ਵਿੱਚ ਕੰਮ ਕਰਦਾ ਸੀਗਾ, ਉਹਨੂੰ 500 ਮੋਹਰਾਂ ਦਿੱਤੀਆਂ ਔਰ ਕਹੀਆਂ ਤੂੰ ਜ਼ਹਿਰ ਵਾਲਾ ਦੁੱਧ ਪਿਲਾ ਅਤੇ ਮਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਲੇਕਿਨ ਉਹਦਾ ਵੀ ਪਾਜ ਪਕੜਿਆ ਜਾਂਦਾ, ਸਾਨੂੰ ਸਾਰਿਆਂ ਨੂੰ ਸਾਖੀ ਪਤਾ ਹੈ, ਗੁਰੂ ਮਹਾਰਾਜ ਦੁੱਧ ਦਹੀਂ ਖਾਣ ਨੂੰ ਮਨ੍ਹਾ ਕਰ ਦਿੰਦੇ ਨੇ। ਉਹ ਦਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹਜ਼ੂਰੀ ਕੁੱਤੇ ਜਿਹਦਾ ਨਾਮ ਪਿਸਤਾ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿੰਦਾ ਹੈ, ਜਿੱਥੇ ਮਹਾਰਾਜ ਜਾਂਦੇ ਨੇ ਉੱਥੇ ਨਾਲ ਜਾਂਦਾ, ਕਿੰਨੇ ਭਾਗਾਂ ਵਾਲਾ ਹੋਣਾ, ਇਹ ਮਹਾਰਾਜ ਦੇ ਰੋਜ਼ ਦਰਸ਼ਨ ਕਰਦਾ। ਮਹਾਰਾਜ ਕਹਿੰਦੇ ਪਿਸਤਿਆ ਤੂੰ ਖਾ ਲੈ, ਪਿਸਤਾ ਵੀ ਸਿਰੇ ਲਾਉਂਦਾ, ਮਹਾਰਾਜ ਇਹ ਸਹੀ ਨਹੀਂ ਖਾਣ ਨੂੰ। ਗੁਰੂ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ, ਤੇਰਾ ਵੀ ਉਧਾਰ ਕਰਨਾ ਹੈ, ਪਿਸਤਿਆ ਤੂੰ ਖਾ ਲੈ, ਤੈਨੂੰ ਵੀ ਤੇਰੀ ਵੀ 84 ਕੱਢਣੀ ਹੈ,
ਇਹੀ 84 ਅਸੀਂ ਕਟਾਉਣੀਆਂ ਮਹਾਰਾਜ ਕੋਲੋਂ। ਅਸੀਂ ਸਮਝੀਏ ਗੱਲ ਨੂੰ, ਸਾਖੀ ਸੁਣ ਲੈਂਦੇ ਹਾਂ, ਇਸ ਗੱਲ ਦਾ ਗੁਮਾਨ ਨਾ ਕਰੀਏ ਸਾਧ ਸੰਗਤ ਜੀ ਕਿ ਇੱਕ ਦੇਹੀ ਦਾ ਜਨਮ ਮਿਲ ਗਿਆ, ਅਗਲੀ ਵਾਰ ਇਹੀ ਦੇਹੀ ਸਿੱਖਾਂ ਦੇ ਘਰ ਇਹੀ ਗੱਡੀਆਂ ਦੇ ਨਾਲ, ਇਹੀ ਬੰਗਲਿਆਂ ਦੇ ਨਾਲ, ਇਹੀ ਸੋਨਿਆਂ ਦੇ ਨਾਲ, ਮਾਇਆ ਦੇ ਨਾਲ ਮਿਲ ਜਾਏਗੀ, ਇਸ ਗੱਲ ਦੀ ਕੋਈ ਗਰੰਟੀ ਨਹੀਂ। ਅਸੀਂ ਤੇ ਆਪਣੀ ਮਾਇਆ ਦਾ ਹਿਸਾਬ ਆਪ ਨਹੀਂ ਰੱਖ ਪਾਉਂਦੇ, ਯਕੀਨੀ ਗੱਲ ਹੈ। ਸ਼ਾਇਦ ਹੀ ਕੋਈ ਅਕਾਊਂਟੈਂਟ ਬਿਰਤੀ ਵਾਲੇ ਹੋਣਗੇ ਜਿਨ੍ਹਾਂ ਨੂੰ ਯਾਦ ਹੋਏਗਾ ਕਿ 10-12 ਸਾਲ ਪਹਿਲੇ ਮੈਂ ਕਿਸੇ ਕੋਲੋਂ ਕੁਝ ਵਸਤੂ ਲਈ ਸੀ ਅਤੇ ਉਹਦੇ ਮੈਂ ਇੰਨੀ ਮਾਇਆ ਮੋੜਨੀ ਹੈ, ਨਹੀਂ ਤਾਂ ਸਾਨੂੰ ਬਹੁਤਿਆਂ ਨੂੰ ਤਾਂ ਯਾਦ ਹੀ ਨਹੀਂ ਰਹਿੰਦਾ। ਜੇ ਦੁਨਿਆਵੀ ਮਾਇਆ ਦਾ ਲੈਣ ਦੇਣ ਯਾਦ ਨਹੀਂ ਰਹਿੰਦਾ ਸਾਧ ਸੰਗਤ ਜੀ, ਤਾਂ ਕਰਮਾਂ ਦਾ ਲੈਣ ਦੇਣ ਕਿਸ ਤਰ੍ਹਾਂ ਯਾਦ ਰਹੇਗਾ। ਜਦੋਂ ਬਾਹਰ ਲਾਲ ਬੱਤੀ 'ਤੇ ਰੁਕੇ ਹੋਏ ਹਾਂ, ਜਦੋਂ ਘਰ ਦੀ ਮਾਈ ਨੇ 2 ਛੁੱਟੀਆਂ ਐਕਸਟਰਾ ਕਰ ਲਈਆਂ ਅਤੇ ਉਹਦੇ ਪਿੱਠ ਪਿੱਛੋਂ ਦੇੜੀਆਂ ਉਹਨੂੰ ਗਾਲਾਂ ਕੱਢੀਆਂ, ਬੜਾ ਕੰਮ ਪੈ ਗਿਆ ਉਹਨੂੰ, ਸਾਡਾ ਕੰਮ ਕੌਣ ਕਰੇਗਾ, ਇਸ ਕਰਕੇ ਪੈਸੇ ਦਿੰਦੇ ਆ ਉਹਨੂੰ। ਛੋਟੀਆਂ ਛੋਟੀਆਂ ਗੱਲਾਂ 'ਤੇ ਅਸੀਂ ਆਪਣੇ ਕਰਮ ਬਣਾ ਰਹੇ ਹਾਂ ਬਿਨਾਂ ਇਸ ਗੱਲ ਦੇ ਗਿਆਨ ਨੂੰ ਸਮਝਦੇ ਹੋਏ ਕਿ ਇਹ ਸਾਡੇ 'ਤੇ ਵਾਪਿਸ ਆਉਣੇ ਨੇ। ਜੇ ਭਰਾ ਆਪਣੀ ਭੈਣ ਦਾ ਆਪਣਾ ਭੈਣ ਦਾ ਜਿਹੜਾ ਹਿੱਸਾ ਆ ਮਾਰ ਲੈਂਦਾ ਆ, ਇਹ ਨਾ ਸੋਚੇ ਕਿ ਕੱਲ੍ਹ ਨੂੰ ਉਹਦੀ ਧੀਆਂ 'ਤੇ ਉਹ ਗੱਲ ਨਹੀਂ ਆਏਗੀ। ਜੇ ਇੱਕ ਪਿਤਾ ਆਪਣੇ ਇੱਕ ਪੁੱਤਰ ਦਾ ਸਾਥ ਦਿੰਦਾ, ਦੂਸਰੇ ਦਾ ਸਾਥ ਨਹੀਂ ਦਿੰਦਾ, ਉਹ ਕਰਮ ਮੁੜ ਕੇ ਸਾਹਮਣੇ ਆਏਗਾ। ਸਾਧ ਸੰਗਤ ਜੀ, ਸਾਨੂੰ ਕੇਵਲ ਅਤੇ ਕੇਵਲ ਗੁਰਮਤ ਦੇ ਆਸੇ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਨਿਮਰਤਾ ਦੇ ਵਿੱਚ ਕਿਹਾ, ਮੈਂ ਆਪਣੇ ਵੱਡੇ ਭਰਾ ਦੇ ਬੋਲ ਮੋੜ ਨਹੀਂ ਸਕਦਾ, ਇਹੀ ਨਿਮਰਤਾ ਸਾਡੇ ਵਿੱਚ ਆਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਬਹੁਤ ਲੰਮੇਰਾ ਸਾਧ ਸੰਗਤ ਜੀ, 4 ਅਟੈਕ ਮਹਾਰਾਜ 'ਤੇ ਹੋਏ, ਚਾਰੋਂ ਅਟੈਕ ਮਹਾਰਾਜ ਤੋਂ ਬਚੇ, ਚਾਰੋਂ ਅਟੈਕਾਂ ਤੋਂ ਬਚ ਕੇ 3 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਆ ਰਹੇ ਨੇ। ਗੁਰੂ ਕੀ ਵਡਾਲੀ ਵੀ ਬਹੁਤ ਖੁਸ਼ੀਆਂ, ਅੰਮ੍ਰਿਤਸਰ ਸਾਹਿਬ ਵੀ ਬਹੁਤ ਖੁਸ਼ੀਆਂ। 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੀ ਉਮਰ ਦੇ ਸੀਗੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਛੀ ਸੇਵਾ ਕਰ ਲਈ ਸੀ। ਲੇਕਿਨ ਇਹ ਪਹਿਲੀ ਵਾਰੀ ਹੋ ਰਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ 9 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ 'ਤੇ ਬਿਠਾ ਕੇ ਔਰ ਮੱਥਾ ਟੇਕ ਕੇ ਪਰਿਕਰਮਾ ਕਰਕੇ ਜਾ ਰਹੇ ਨੇ। ਹੁਣ ਸਭ ਨੂੰ ਸਮਝ ਆਉਣ ਲੱਗਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲੇ ਨੇ, ਸ਼ਹੀਦੀ ਦੇਣ ਵਾਸਤੇ ਆਈ ਸੀ ਨਾ। ਸਾਨੂੰ ਸਾਰਿਆਂ ਨੂੰ ਇਤਿਹਾਸ ਪਤਾ, ਲਾਹੌਰ ਤੋਂ ਫੌਜ ਆਈ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫੌਜ ਦੀ ਕੋਈ ਲੋੜ ਨਹੀਂ, ਅਸੀਂ ਆਪ ਆਉਂਗੇ, ਜਹਾਂਗੀਰ ਤੇਰੇ ਕੋਲੋਂ ਅਸੀਂ ਆਪ ਆਉਂਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 9 ਸਾਲ 11 ਮਹੀਨੇ ਦੀ ਉਮਰ ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਔਰ ਲਗਭਗ 32 ਸਾਲ ਤੱਕ ਗੁਰੂ ਮਹਾਰਾਜ ਨੇ ਸਾਰੀਆਂ ਸਿੱਖ ਸੰਗਤਾਂ ਦੀਆਂ ਸੇਵਾਵਾਂ ਰੱਜ ਕੇ ਤਨ ਮਨ ਧਨ ਨਾਲ ਕੀਤੀਆਂ। ਸਾਧ ਸੰਗਤ ਜੀ, 48 ਸਾਲ ਲਗਭਗ ਮਹਾਰਾਜ ਨੇ ਜਿਹੜੀ ਇਹ ਆਪਣੀਆਂ ਸੇਵਾਵਾਂ ਪੰਥ ਨੂੰ ਦਿੱਤੀਆਂ। ਅੱਜ ਬੜੇ ਵੱਡੇ ਯੋਧੇ, ਬੜੇ ਮਹਾਨ ਪਰਉਪਕਾਰੀ ਪੰਕਤੀਆਂ ਆਪ ਜੀ ਨੇ ਸ਼ਬਦ ਵਿੱਚ ਵੀ ਪੜ੍ਹੀਆਂ, 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਬੜਾ ਭਾਰੀ ਸਰੀਰ, ਆਮ ਬੱਚੇ ਦੇ ਉਂਗਲੀਆਂ ਨਾਲੋਂ ਬੜੀ ਵੱਡੀ ਉਂਗਲੀਆਂ, ਆਮ ਬੱਚੇ ਦੇ ਸਰੀਰ ਨਾਲੋਂ ਅੱਖਾਂ ਨਾਲੋਂ ਵੱਡੀਆਂ ਵੱਡੀਆਂ ਅੱਖਾਂ,
ਅਰਜਨ ਕਾਇਆ ਪਲਟਕੈ। ਗੁਰੂ ਮਹਾਰਾਜ ਦੇ ਬਲ ਨੂੰ ਦਰਸਾਉਣ ਵਾਸਤੇ ਭਾਈ ਗੁਰਦਾਸ ਜੀ ਸਮਾਂ ਸਮਾਪਤ ਹੈ ਅਤੇ ਭਾਈ ਗੁਰਦਾਸ ਜੀ ਨੇ ਜਿਹੜੀ ਪੰਕਤੀ ਉਚਾਰਨ ਕੀਤੀ, ਆਪ ਜੀ ਅੱਜ ਸਾਰਾ ਦਿਨ ਕਈ ਵਾਰ ਇਹ ਪੰਕਤੀ ਸੁਣੋਗੇ ਔਰ ਜਦ ਵੀ ਇਹ ਪੰਕਤੀ ਸੁਣੀਏ ਬਾਰ ਬਾਰ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਈਏ। ਦਲ ਭੰਜਨ ਗੁਰ ਸੂਰਮਾ ਬਹੁਤ ਜੋਧਾ ਬੜ ਜੋਧਾ ਬਹੁ ਪਰਉਪਕਾਰੀ। ਬੜੇ ਵੱਡੇ ਜੋਧੇ ਬੜੇ ਵੱਡੇ ਪਰਉਪਕਾਰੀ ਹੋਏ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਸੰਤ ਸਿਪਾਹੀ ਬਣਾ ਲਿਆ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਬਖਸ਼ੀਆਂ। ਅੱਜ ਅਸੀਂ ਜਿਸ ਅਸਥਾਨ 'ਤੇ ਨਤਮਸਤਕ ਹੋ ਰਹੇ ਹਾਂ ਇਹ ਵੀ ਤੇਗ ਦੇ ਧਨੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਜੰਗਾਂ ਲੜੀਆਂ, ਜੰਗਾਂ ਲੜਨ ਪਹਿਲੇ ਮਹਾਰਾਜ ਨੇ ਜੰਗਾਂ ਲੜੀਆਂ ਤੇਗ ਦੇ ਨਾਲ ਔਰ ਉਸ ਤੋਂ ਬਾਅਦ ਮਹਾਰਾਜ ਨੇ ਜੰਗਾਂ ਲੜੀਆਂ ਸ਼ਾਂਤੀ ਦੇ ਨਾਲ। ਬਹਿ ਗਏ ਆ ਕੇ ਇਸ ਅਸਥਾਨ ਦੇ ਉੱਪਰ, ਸਜ ਗਏ, ਕਹਿੰਦੇ ਕਰ ਲਓ ਜਿੰਨਾ ਵਾਰ ਕਰ ਸਕਦੇ ਹੋ, ਅਸੀਂ ਸ਼ਾਂਤ ਅਡੋਲ ਬੈਠੇ ਹਾਂ, ਨਹੀਂ ਤੁਹਾਡਾ ਕੋਈ ਵੀ ਤਸੀਹਾ ਸਾਨੂੰ ਅਡੋਲ ਬੈਠੇ ਹਾਂ, ਕੋਈ ਨਹੀਂ ਡੋਲ ਸਕਦਾ ਸਾਨੂੰ। ਸਿਹੋ ਜਿਹੇ ਵੱਡੇ ਮਹਾਨ ਗੁਰਾਂ ਦੇ ਇਤਿਹਾਸ ਆਪ ਸਾਰਿਆਂ ਨੇ ਸ਼੍ਰਵਣ ਕੀਤੇ ਨੇ। ਅਸੀਂ ਸਾਰੇ ਪ੍ਰਬੰਧਕ ਸੱਜਣਾ ਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਸਾਰੇ ਵਜ਼ੀਰਾਂ ਦਾ, ਗ੍ਰੰਥੀ ਸਾਹਿਬਾਨਾਂ ਦਾ, ਹੈੱਡ ਗ੍ਰੰਥੀ ਸਾਹਿਬਾਨ ਭਾਈ ਹਰਨਾਮ ਸਿੰਘ ਜੀ ਖਾਲਸਾ, ਬਹੁਤ ਪ੍ਰੇਮਾ ਭਗਤੀ ਵਾਲੀ ਰੂਹ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਕੇ ਬਹੁਤ ਪਿਆਰ ਬਖਸ਼ਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਰੋਮ ਰੋਮ ਕਰਕੇ ਆਪ ਸਾਰਿਆਂ ਤੋਂ ਮੁਆਫ਼ੀ ਮੰਗਦੇ ਹਾਂ। ਗੁਰੂ ਦੇ ਇਤਿਹਾਸ ਸ਼ਬਦ ਗੁਰੂ ਦੀ ਕਥਾ ਸੁਣਦੇ ਹੋਏ ਕੋਈ ਗਲਤੀ ਰਹਿ ਗਈ ਹੋਵੇ ਤਾਂ ਆਪ ਸਾਰਿਆਂ ਨੇ ਬਖਸ਼ ਲੈਣਾ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾਂ ਬੇਨਤੀ ਆ, ਮਹਾਰਾਜ ਆਪਣੇ ਬੱਚੇ ਪਾਸੋਂ ਆਪਣੀ ਨਿਸ਼ਕਾਮ ਭਾਵਨਾ ਨਾਲ ਆਪਣੀ ਸੇਵਾ ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਲੈਂਦੇ ਰਹੋ। ਆਓ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।